दोहरा तरफ जिसा की को भजै मैं ताको देऊ ना छाड़। फौजदार ने अपने अफसरां नूं आख्या जिहड़े जूनियर जरनैल सन जां फौजी सन सिपाही सन उन्हां दे कन्न खिच के कहण लगा देखो सिखां नूं आपां पा लिया घेरा ये सारे सिख मरने चाहिए जे कोई सिख इन्हां चों निकल के तुहाडे घेरे चों चला गया और जिहड़े बंदे दे कोलों लंघिया सिख उहदी खैर नहीं मैं उहनूं नहीं छड्डांगा सिख भावे मरे ना मरे वह सिपाही मारिया जाएगा उन्होंने मार देंगे भी तू सिख नूं जान क्यों दिता सिख का राह क्यों नहीं रोकया सिख नूं पकड़िया क्यों नहीं घेरिया क्यों नहीं मारिया क्यों नहीं ਇੱਦਾਂ ਅਫਸਰ ਨੇ ਫੌਜਦਾਰ ਨੇ ਆਪਣੇ ਸਿਪਾਹੀਆਂ ਨੂੰ ਤਾੜਨਾ ਕੀਤੀ ਵੱਡੋ ਤਕਸੀਰੀ ਕਰ ਤਿਸੇ ਮਾਰੂੰਗਾ ਤਿਸ ਗਾਡ ਮੁਤਾਬ ਕੇ ਕੋਟ ਪਿੰਡ ਦੇ ਆਲੇ ਦੁਆਲੇ ਘੇਰਾ ਪੈ ਚੁੱਕਾ ਹੈ ਫੌਜਾਂ ਦਾ ਤੇ ਅਫਸਰ ਕਹਿੰਦਾ ਵੀ ਜਿਹੜਾ ਬੰਦਾ ਸਿੱਖਾਂ ਨੂੰ ਜਾਣ ਲਈ ਮਦਦ ਕਰੇਗਾ ਰਾਹ ਦੇਵੇਗਾ ਕਿਉਂਕਿ ਕਈ ਵਾਰੀ ਇੱਦਾਂ ਵੀ ਹੁੰਦਾ ਸੀ ਵੀ ਕਈ ਮੁਸਲਮਾਨ ਵੀ ਚੰਗੇ ਹੁੰਦੇ ਸੀਗੇ ਦਇਆਵਾਨ ਲੋਕ ਹੁੰਦੇ ਸੀ ਜਾਂ ਸਿੰਘਾਂ ਨਾਲ ਹਮਦਰਦੀ ਰੱਖਦੇ ਸੀ ਜਿਹੜੇ ਪੰਜਾਬ ਦੇ ਸੀ ਉਹ ਰੱਖਦੇ ਸੀਗੇ ਜਿਹੜੇ ਬਾਹਰੋਂ ਆਏ ਸੀਗੇ ਉਹ ਸਿੰਘਾਂ ਦੇ ਵੈਰੀ ਸੀਗੇ ਉਹ ਜਿਹਨਾਂ ਦੇ ਕੋਈ ਮਨ ਵਿੱਚ ਮਾੜੀ ਮੋਟੀ ਸਿੰਘਾਂ ਪ੍ਰਤੀ ਹੁੰਦੀ ਸੀ ਉਹ ਸਿੰਘਾਂ ਨੂੰ ਲੰਘਣ ਦਾ ਵੀ ਮੌਕਾ ਦੇ ਦਿੰਦੇ ਸੀਗੇ ਇਸ ਕਰਕੇ ਅਫਸਰ ਕਹਿੰਦਾ ਵੀ ਕਿਤੇ ਇਹੋ ਜਿਹੀ ਗੱਲ ਨਾ ਹੋਵੇ ਵੀ ਸਿੰਘ ਕੋਈ ਨਿਕਲ ਜਾਵੇ ਤੁਹਾਡੇ ਤੋਂ ਜੇ ਕੋਈ ਸਿੰਘਾਂ ਨਾਲ ਮਾੜਾ ਮੋਟਾ ਕਿਸੇ ਤਰ੍ਹਾਂ ਦਾ ਲਿਹਾਜ਼ਦਾਰੀ ਦਾ ਵਰਤਾਓ ਕਰੇਗਾ ਤਾਂ ਮੈਂ ਉਹਦੇ ਨਾਲ ਲਿਹਾਜ਼ ਨਹੀਂ ਕਰਾਂਗਾ ਉਹਨੂੰ ਮੈਂ ਤਸੀਹੇ ਦੇ ਕੇ ਮਾਰਾਂਗਾ ਚਾਓ ਪਈ ਚਾਰੋਂ ਤਰਫ ਸੁਣਤ ਫੌਜ ਦੌੜੇ ਫੌਜ ਚਾਰੇ ਪਾਸਿਓਂ ਪੈ ਗਈ ਸਿੰਘਾਂ ਨੂੰ ਮਾਰਨ ਵਾਸਤੇ ਹੁਣ ਭੀ ਦੇਖੇ ਸਿੰਘ ਅਤ ਥੋੜੇ ਫੌਜ ਨੂੰ ਵੀ ਨਜ਼ਰ ਆਇਆ ਵੀ ਸਿੰਘ ਥੋੜੇ ਹਨ ਥੋੜੇ ਸਿੰਘਾਂ ਨੂੰ ਵੇਖ ਕੇ ਫੌਜ ਦਾ ਹੌਸਲਾ ਵੱਧ ਗਿਆ ਵੀ ਅਸੀਂ ਇਹਨਾਂ ਨੂੰ ਮਾਰ ਲਵਾਂਗੇ ਕੋ ਸਿੰਘ ਥੋ ਸੁੱਤੋ ਪਇਓ ਕਿਉਂਕਿ ਸਿੰਘ ਪਿੰਡ 'ਚ ਸਨ ਕੁਝ ਆਰਾਮ ਕਰ ਰਹੇ ਥੱਕੇ ਟੁੱਟੇ ਸੌਂ ਗਏ ਸਨ ਕੋ ਸਿੰਘ ਥੋ ਰਮਣੇ ਗਇਓ ਕਈ ਸਿੰਘ ਬਾਹਰ ਜੰਗਲ ਵਿੱਚ ਮੈਦਾਨ ਖੇਡਣ ਗਏ ਹੋਏ ਸਨ ਕੋ ਸਿੰਘ ਗਇਓ ਘਾਸ ਲਿਆਵਣ ਕਈ ਸਿੰਘ ਆਪਣੇ ਘੋੜਿਆਂ ਲਈ ਨਦੇ ਦੇ ਕੰਢੇ ਤੋਂ ਦਰਿਆ ਦੇ ਕੰਢੇ ਤੋਂ ਘਾਹ ਲੈਣ ਗਏ ਹੋਏ ਸਨ ਲੱਕੜੀ ਲਿਆਵਣ ਗੋਹੇ ਚੁਗਾਵਣ ਕਈ ਸਿੰਘ ਲੱਕੜੀਆਂ ਬਾਲਣ ਲੈਣ ਵਾਸਤੇ ਬਈ ਲੰਗਰ ਪਕਾਉਣਾ ਸੀ ਸਿੰਘਾਂ ਨੇ ਸਿੰਘਾਂ ਦਾ ਛੋਟਾ ਜਿਹਾ ਦਲ ਉੱਥੇ ਉਤਰਿਆ ਸੀ ਅਤੇ ਪ੍ਰਸ਼ਾਦਾ ਵੀ ਛਕਣਾ ਸੀ ਇਸ ਕਰਕੇ ਖਾਲਸਾ ਥੋੜਾ ਜਿਹਾ ਬਾਲਣ ਲੈਣ ਵਾਸਤੇ ਵੀ ਗਿਆ ਹੋਇਆ ਸੀ ਪਸ਼ੂ ਥੇ ਭੁੱਖੇ ਟੇਢੇ ਪੜੇ ਕਈ ਭੁੱਖੇ ਸਨ ਉਹ ਵਿਚਾਰੇ ਭੁੱਖ ਦੇ ਨਾਲ ਹੀ ਟੇਢੇ ਪਏ ਸਨ ਵੀ ਚਲੋ ਬਾਲਣ ਆਵੇਗਾ ਪ੍ਰਸ਼ਾਦਾ ਬਣੇਗਾ ਫਿਰ ਛਕਾਂਗੇ ਸਰੀਰ 'ਚ ਜਾਨ ਆਵੇਗੀ ਕਈ ਨੂੰ ਸਰੀਰ ਦੇ ਵਿੱਚ ਜਾਨ ਹੀ ਕੋਈ ਨਹੀਂ ਭੁੱਖ ਅਤੇ ਰੋਟੀ ਤਾਂ ਐਸੀ ਚੀਜ਼ ਆ ਵੀ ਨਾ ਮਿਲੇ ਤਾਂ ਬੰਦਾ ਵੱਡਾ ਵੱਡਾ ਬੰਦਾ ਘਬਰਾ ਜਾਂਦਾ ਹੈ ਪ੍ਰਸ਼ਾਦਾ ਦੇ ਪਾਣੀ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਪਰ ਭੁੱਖ ਦੇ ਦੁੱਖ ਕਰਕੇ ਬਹੁਤ ਸਾਰੇ ਸਿੰਘ ਪਏ ਸਨ ਟੇਢੇ ਹੋਏ ਕਿਵੇਂ ਭੰਗ ਤਬ ਹੋਏ ਹੈ ਖੜੇ ਸਰਦਾਈਆਂ ਪਾਣੀ ਛਕਾਂਗੇ ਫਿਰ ਖੜੇ ਹੋਵਾਂਗੇ ਇਹ ਸੋਚ ਰਹੇ ਸਨ ਦੋਹਰਾ ਦੇਖ ਸਿੰਘ ਨੰਗੇ ਭੁੱਖੇ ਤੁਰਕ ਭਏ ਸੋ ਪ੍ਰਸੰਨ ਕਹਿੰਦੇ ਸਿੰਘਾਂ ਨੂੰ ਨੰਗੇ ਭੁੱਖੇ ਵੇਖ ਕੇ ਵੀ ਸਿੰਘ ਤਾਂ ਮਰੇ ਪਏ ਐ ਤੁਰਕਾਂ ਦਾ ਹੌਸਲਾ ਵੱਧ ਗਿਆ ਚਾਰ ਤਰਫ ਤੇ ਯਾਉ ਪਰੇ ਜਾਣ ਕਰ ਢੁੱਕੇ ਜਨ ਉਹ ਚਾਰੇ ਪਾਸੇ ਤੁਰ ਕੇ ਆ ਪਏ ਜਿਵੇਂ ਬਰਾਤ ਚਾਰ ਦੇ ਨਾਲ ਉਤਸ਼ਾਹ ਨਾਲ ਢੁੱਕਦੀ ਹੈ ਚਾਉ ਪਈ ਪਹਿਲੇ ਚੋਟ ਬੰਦੂਕਣ ਕਰੀ ਪਹਿਲਾਂ ਉਹਨਾਂ ਨੇ ਆਉਂਦਿਆਂ ਸਿੰਘਾਂ ਦੇ ਉੱਤੇ ਪਿਆ ਹੋਇਆ ਸਿੰਘਾਂ ਤੇ ਬੈਠਿਆਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਪਾਛੈ ਮਾਰ ਤੀਰਨ ਧਰੀ ਫਿਰ ਤੀਰਾਂ ਦੀ ਪਛਾੜ ਕੀਤੀ ਫਿਰ ਨੇਜੇ ਔ ਲੈ ਸ਼ਮਸ਼ੇਰ ਨੇਜੇ ਬਰਛੇ ਸ਼ਮਸ਼ੇਰਾਂ ਲੈ ਕੇ ਪੈ ਗਏ ਵੱਢਣ ਟੁੱਕਣ ਸਿੱਖਾਂ ਨੂੰ ਨਾਰੇ ਸਿੰਘ ਤਿੰਨ ਪਹਿਲੀ ਬੇਰ ਬਹੁਤ ਸਾਰੇ ਸਿੰਘ ਆਉਂਦੇ ਹੀ ਮਾਰ ਦਿੱਤੇ ਸਿੰਘਣ ਕੇ ਗਈ ਅਕਲ ਭੁਲਾਈ ਕਿਉਂਕਿ ਸਿੰਘਾਂ ਦਾ ਉਸ ਵੇਲੇ ਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਤੇ ਏਦਾਂ ਦਾ ਹੱਲਾ ਹੋ ਜਾਏਗਾ ਇੱਕ ਤਾਂ ਭੁੱਖੇ ਭਾਣੇ ਸਨ ਥੱਕੇ ਟੁੱਟੇ ਸਨ ਉਹਨਾਂ ਸਿੰਘਾਂ ਨੂੰ ਉਸ ਵੇਲੇ ਸਮਝ ਹੀ ਨਹੀਂ ਆਈ ਵੀ ਹੁਣ ਕੀ ਕਰੀਏ ਤੁਰਕ ਪੜੇ ਬਹੁ ਜਮ ਕੀ ਨਿਆਈ ਤੁਰਕ ਜਮਾਂ ਦੀ ਤਰ੍ਹਾਂ ਆਪ ਅਚਾਨਕ ਮੁਖਬਰਾਂ ਨੇ ਖਬਰ ਦੇ ਦਿੱਤੀ ਤੁਰਕ ਆ ਗਏ ਜਨਕ ਆਕਾਸ਼ੋਂ ਬਿਜਲੀ ਪਰੀ ਅਚਾਨਕ ਸਿੰਘਾਂ ਦੇ ਮਾਨੋ ਬਿਜਲੀ ਪੈ ਗਈ ਵਿਚਾਰਿਆਂ ਤੇ ਬੈਠਿਆਂ ਤੇ ਮੁਸੀਬਤ ਆ ਗਈ ਤਾਉ ਭੀ ਸਿੰਘਣ ਤੇ ਭਲ ਸਰੀ ਫੇਰ ਵੀ ਸਿੰਘਾਂ ਨੇ ਹੌਸਲਾ ਨਹੀਂ ਛੱਡਿਆ ਕਿਉਂਕਿ ਖਾਲਸਾ ਸਾਜਾ ਖੰਡੇ ਦੀ ਧਾਰ ਵਿੱਚੋਂ ਹੈ ਜੇ ਕੋਈ ਹੋਰ ਹੋਵੇ ਤੇ ਉਹ ਮਾਰ ਖਾ ਜਾਵੇ ਜਿਹੜਾ ਸ਼ਸਤਰਧਾਰੀ ਆ ਉਹ ਮਰਦਾ ਮਰਦਾ ਇੱਕ ਅੱਧੇ ਨੂੰ ਤਾਂ ਲੈ ਕੇ ਹੀ ਜਾਂਦਾ ਸਿੰਘਾਂ ਨੇ ਆਖਿਆ ਮਰਨ ਤਾਂ ਲੱਗੇ ਹੀ ਆ ਹੁਣ ਕਾਹਦਾ ਲਿਹਾਜ਼ ਕਰਨਾ ਜਿੰਨਾ ਕੁ ਹੋ ਸਕਿਆ ਜੰਗ ਕੀਤਾ ਫਿਰ ਦੋਹਰਾ ਜੋ ਤੁਰਕਣ ਪਹਿਲੇ ਲੱਭੇ ਤੇ ਸਿੰਘ ਤੋਂ ਦੀਏ ਮਾਰ ਤੁਰਕਾਂ ਨੂੰ ਜਿਹੜੇ ਪਹਿਲਾਂ ਲੱਭ ਗਏ ਨਾ ਸਿੰਘ ਆਰਾਮ ਨਾਲ ਵਿਚਾਰੇ ਪਏ ਸੀਗੇ ਆਮ ਤੌਰ ਤੇ ਹੁੰਦਾ ਵੀ ਜਿੱਥੇ ਸਿੰਘਾਂ ਦੀ ਛਾਉਣੀ ਹੁੰਦੀ ਆ ਘੋੜੇ ਬੰਨੇ ਹੁੰਦੇ ਆ
ਤੇ ਇੱਕ ਜਗ੍ਹਾ ਤੇ ਚੁੱਲ੍ਹਾ ਬਣਾ ਲੈਂਦੇ ਆ, ਪ੍ਰਸ਼ਾਦਾ ਬਣਾਉਂਦੇ ਆ, ਲੋਹ ਦਾ ਤੰਬੂ ਲਾ ਲੈਂਦੇ ਆ, ਉਹਦੇ ਤੋਂ ਤੰਬੂ ਵੀ ਘੱਟ ਹੀ ਹੁੰਦੇ ਸੀਗੇ। ਤੇ ਜੇ ਕਿਤੇ ਮਾੜਾ ਮੋਟਾ ਪਰਾਲੀ ਮਿਲ ਗਈ, ਕੋਈ ਬਿਸਤਰਾ ਮਿਲ ਗਿਆ, ਉਹ ਸੱਟ ਗਏ ਤੇ ਉਹਦੇ ਆਸਰੇ ਤੇ ਲੰਮੇ ਪੈ ਜਾਂਦੇ ਆ। ਏਦਾਂ ਉਹ ਸਿੰਘ ਪਏ ਸੀਗੇ, ਜਿਹੜੇ ਉਦਾਂ ਪਏ ਲੱਭ ਗਏ ਨਾ, ਉਹ ਮਾਰ ਲਏ ਤੁਰਕਾਂ ਨੇ ਸਾਰੇ। ਜੋ ਲੜੇ ਤਿਤ ਹੀ ਅੜੇ, ਡਰੇ ਨਾ ਮਰਨੋ ਮਾਰ। ਪਰ ਜਿਹੜੇ ਫਿਰ ਸੰਭਲ ਗਏ, ਸ਼ਸਤਰ ਫੜ ਲਏ ਜਿਨ੍ਹਾਂ ਨੇ, ਉਹ ਡਰੇ ਨਹੀਂ। ਫਿਰ ਉਹਨੇ ਆਖਿਆ ਹੁਣ ਤਾਂ ਮਰਨਾ ਹੀ ਹੈ, ਮਾਰ ਕੇ ਮਰੀਏ। ਚਾਉ ਪਈ ਏਕ ਸਿੰਘ ਜਿਹੇ ਥਾਂ ਖੜ ਜਾਵੇ। ਇੱਕ ਸਿੰਘ ਜਿੱਥੇ ਖਲੋ ਜਾਂਦਾ ਸੀ, ਉੱਥੇ ਪੰਜਾਂ ਸੱਤਾਂ ਨੂੰ ਪੈ ਜਾਂਦਾ ਸੀ। ਸਭ ਤੁਰਕਣ ਸੋ ਤਹਾਂ ਖੜਾਵੇ। ਉੱਥੇ ਰੋਕ ਲੈਂਦਾ ਸੀ, ਅੱਗੇ ਜਾਣ ਨਹੀਂ ਸੀ ਦਿੰਦਾ ਸਿੰਘਾਂ ਨੂੰ, ਇੰਨਾ ਪ੍ਰਤਾਪ ਸੀਗਾ। ਮਦਦ ਤੱਕੇ ਨਾ ਔਰ ਹੈ ਸੋ। ਔਰ ਸਿੰਘ ਇਹ ਸੋਚ ਲੈਂਦੇ ਸੀ ਵੀ ਹੁਣ ਮਦਦ ਦਾ ਦੂਜਾ ਆਵੇ ਭਾਵੇਂ ਨਾ ਆਵੇ, ਕੱਲੇ ਹੀ ਪੰਜਾਂ ਸੱਤਾਂ ਨਾਲ ਲੜਨ ਲੱਗ ਜਾਂਦੇ ਸੀ। ਤਾਂ ਕਿ ਮੋਹਰੇ ਟਿਕਾ ਨਾ ਕੋਉ। ਜਿਹੜਾ ਬੰਦਾ ਮਰਨ ਤੇ ਆਇਆ ਹੋਵੇ ਨਾ, ਜਿਹੜੇ ਬੰਦੇ ਨੇ ਕਫਨ ਸਿਰ ਤੇ ਬੰਨਿਆ ਹੋਵੇ, ਉਹਦੇ ਅੱਗੇ ਟਿਕਦਾ ਵੀ ਕੋਈ ਨਹੀਂ। ਉਹਨਾਂ ਨੇ ਇਹ ਤਾਂ ਸੋਚ ਹੀ ਲਿਆ ਸੀ ਵੀ ਹੁਣ ਮਾਰ ਤਾਂ ਇਹਨਾਂ ਨੇ ਦੇਣਾ ਹੀ ਹੈ। ਮਰਦੇ ਮਰਦੇ ਫਿਰ ਉਹ ਸਿੰਘ ਗਲ ਪੈ ਗਏ ਤੁਰਕਾਂ ਦੇ, ਇਸ ਕਰਕੇ ਤੁਰਕਾਂ ਨੂੰ ਵੀ ਇਹਨਾਂ ਨੇ ਅੱਗੇ ਲਾ ਲਿਆ। ਬਾਹਰ ਸਿੰਘ ਜੋ ਤੁਰਕਣ ਘੇਰੇ, ਜਿਹੜੇ ਬਾਹਰ ਤੁਰਕਾਂ ਨੇ ਘੇਰ ਲਏ ਸੀ ਸਿੰਘ, ਫਿਰੇ ਸ਼ੇਰ ਜਿਮ ਫੜ ਸ਼ਮਸ਼ੇਰੇ, ਉਹ ਵੀ ਤਲਵਾਰਾਂ ਲੈ ਕੇ ਸ਼ੇਰ ਦੀ ਤਰ੍ਹਾਂ ਪੈ ਗਏ। ਦੇਖ ਸਿੰਘ ਤਿਸ ਮਦਦ ਕਰੇ, ਜੇ ਕੋਈ ਸਿੰਘ ਦੇ ਨੇੜੇ ਖਲੋਤਾ ਦੂਜਾ ਸਿੰਘ, ਉਹਦੀ ਸਿੰਘ ਦੀ ਮਦਦ ਕਰਦਾ ਸੀ। ਉਹਨੇ ਛੁਡਾਵੇ ਆਪ ਸੋ ਮਰੇ, ਉਹ ਦੂਜਿਆਂ ਨੂੰ ਛੁਡਾਉਂਦੇ ਕਈ ਆਪ ਮਾਰੇ ਗਏ, ਕਿਉਂਕਿ ਉਸ ਵੇਲੇ ਸਿੱਖਾਂ ਇੰਨਾ ਪਿਆਰ ਸੀਗਾ। ਸਿੱਖ ਸਿੱਖ ਪੇ ਵਾਰਤ ਪੁਰਾਣ, ਇਹ ਨਹੀਂ ਵੀ ਬਾਹਰ ਵਾਲੇ ਬਾਹਰ ਹੀ ਭੱਜ ਜਾਣ ਬਈ ਚੱਲ ਅੰਦਰ ਵਾਲੇ ਮਰਦੇ ਮਰਨ ਆਪਾਂ ਨਿਕਲ ਚੱਲੀਏ, ਏਦਾਂ ਨਹੀਂ ਸੋਚਿਆ ਉਹਨਾਂ ਨੇ। ਅਜੇ ਬਾਹਰ ਜਿਹੜੇ ਸਨ ਉਹ ਦੌੜ ਸਕਦੇ ਸਨ ਵੀ ਆਪਾਂ ਜਾਨ ਬਚਾ ਕੇ ਨਿਕਲ ਚੱਲੀਏ, ਪਰ ਉਹ ਵਾਪਸ ਆ ਗਏ। ਉਹ ਬਾਹਰੋਂ ਲੱਕੜਾਂ ਲੈਣ ਗਏ ਸੀ, ਘਾਹ ਲੈਣ ਗਏ ਸੀ, ਉਹ ਵੀ ਅੰਦਰ ਆ ਗਏ ਪਿੰਡ ਦੇ। ਸੋ ਪੀ ਆਏ ਛੁਡਾਵਣ ਪਾਸ, ਆਪਣੇ ਭਾਈਆਂ ਨੂੰ ਛੁਡਾਉਣ ਵਾਸਤੇ ਬਚਾਉਣ ਵਾਸਤੇ ਉਹ ਬਾਹਰੋਂ ਆ ਗਏ। ਭਾਵੇਂ ਉਹਨਾਂ ਨੂੰ ਪਤਾ ਸੀ ਵੀ ਅਸੀਂ ਵੀ ਮਾਰੇ ਜਾਣਾ ਹੈ, ਪਰ ਧੰਨ ਸੀਗੀ ਉਹ ਸਿੱਖ ਵੀ ਆਪਣੇ ਸਾਥੀਆਂ ਨੂੰ ਮਰਦੇ ਵੇਖ ਕੇ ਦੌੜੇ ਨਹੀਂ ਹਨ। ਸਿੰਘ ਪੜੇ ਤਬ ਕਰ ਅਰਦਾਸ, ਸਿੰਘ ਅਰਦਾਸਾਂ ਕਰਕੇ ਪੈ ਗਏ ਦੁਸ਼ਮਣ ਦੇ ਗਲ। ਪਿੱਛੇ ਫਿਰੇ ਜੋ ਗੀਦੀ ਕਹਾਵੇ, ਕਿਉਂਕਿ ਖਾਲਸੇ ਨੂੰ ਪਤਾ ਸੀ ਵੀ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਹੈ, ਜਿਹੜਾ ਜੰਗ ਤੋਂ ਭੱਜੇ ਉਹ ਗੀਦੀ ਕਾਇਰ ਕੁਆਂਦਾ ਹੈ। ਅੱਗੇ ਮਰੇ ਪਤਸ਼ਾਹੀ ਪਾਵੇ, ਅੱਗੇ ਹੋ ਕੇ ਸ਼ਹੀਦੀ ਪਾ ਜਾਵੇ ਤੇ ਦਰਗਾਹ ਵਿੱਚ ਉਹਦੀ ਇੱਜ਼ਤ ਹੁੰਦੀ ਹੈ, ਉਹਨੂੰ ਪਾਤਸ਼ਾਹੀ ਮਿਲਦੀ, ਰਾਜ ਮਿਲਦਾ। ਦੋਹਰਾ ਜੇ ਜੰਗਲ ਮੇ ਥੇ ਗਏ, ਤਿੰਨ ਸੁਣੇ ਬੰਦੂਕ ਆਵਾਜ਼। ਜਿਹੜੇ ਸਿੰਘ ਜੰਗਲ ਚ ਗਏ ਸੀ ਲੱਕੜਾਂ ਲੁੱਕੜਾਂ ਲੈਣ, ਸ਼ਿਕਾਰ ਖੇਡਣ, ਉਹਨਾਂ ਨੂੰ ਪਤਾ ਲੱਗਾ ਪਿੱਛੇ ਲੜਾਈ ਹੋ ਗਈ ਹੈ, ਉਹ ਬੰਦੂਕਾਂ ਦੀ ਆਵਾਜ਼ ਸੁਣ ਕੇ ਪਿਛਾ ਮੁੜ ਆਏ। ਆਵਤ ਭਏ ਸੋ ਸੰਕਤ ਅਜ, ਕਰ ਮਨ ਮਰਨੋ ਸਾਜ। ਮੌਤ ਨੂੰ ਪ੍ਰਵਾਨ ਕੀਤਾ, ਮਰਨ ਕਰਿਓ ਸਿੰਘਨ ਪ੍ਰਵਾਨੇ, ਨਹਿ ਛੋਟਾ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਸੂਰ ਬੀਰ ਬਹਾਦਰ ਜੋਧੇ ਪਿਛਾ ਮੁੜ ਪਏ, ਚਾਉ ਪਈ ਲੜਤ ਭਿਰਤ ਪਰ ਗਈ ਜੋ ਰਾਤ। ਏਦਾਂ ਲੜਾਈ ਹੁੰਦੀ ਹੁੰਦੀ ਰਾਤ ਪੈ ਗਈ ਤੁਰਕਾਂ ਨਾਲ ਮਤਾਬ ਦੇ ਕੋਟ ਵਿਚ। ਜਨ ਸਿੰਘਣ ਕੋ ਭਈ ਪ੍ਰਭਾਤ, ਸਿੰਘਾਂ ਵਾਸਤੇ ਮਾਨੋ ਦਿਨ ਚੜ ਪਿਆ, ਤੁਰਕਾਂ ਵਾਸਤੇ ਰਾਤ ਪੈ ਗਈ, ਸਿੰਘਾਂ ਨੂੰ ਮੌਕਾ ਮਿਲ ਗਿਆ। ਹੋਏ ਥੱਕ ਗਏ ਲੜਨ ਅਰ ਮਰਨੋ, ਤੁਰਕ ਵੀ ਲੜਨ ਲੜ ਕੇ ਥੱਕ ਗਏ ਸੀਗੇ। ਮਾਲਕ ਖਾਲਸੋ ਜਨ ਪਯੋ ਤਰਨੋ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਮਦਦ ਕੀਤੀ। ਦੋਹਰਾ ਆਏ ਦੇਖਿਓ ਇੱਕ ਸਿੰਘ ਨੇ, ਇਕੱਲੋ ਫੌਜ ਸੋਦਾਰ। ਹਨੇਰਾ ਪੈ ਗਿਆ ਤੇ ਆਪਣੇ ਬਗਾਨੇ ਦਾ ਪਤਾ ਨਹੀਂ ਸੀ ਲੱਗ ਰਿਹਾ ਤੁਰਕਾਂ ਨੂੰ, ਇੱਕ ਸਿੰਘ ਇਕੱਲਾ ਹੀ ਫਿਰਦਾ ਸੀਗਾ ਤੇ ਉਹਦੇ ਲਾਗੇ ਉਹਦੀ ਨਿਗਾਹ ਪੈ ਗਈ ਵੀ ਥਾਣੇਦਾਰ ਜਿਹੜਾ ਉਹਨਾਂ ਦਾ ਸਾਰਿਆਂ ਦਾ ਤੁਰਕਾਂ ਦਾ ਫੌਜਦਾਰ ਸੀ ਨਾ, ਸਾਰੇ ਫੌਜ ਦਾ ਵੱਡਾ ਜਨਰਲ, ਉਹ ਨੇੜੇ ਖੜਾ ਹੈ। ਦਈ ਖੈਜ ਸ਼ਮਸ਼ੇਰ ਸਿਰ, ਮੁੰਡੀ ਦਈ ਉਤਾਰ। ਸਿੰਘ ਨੇ ਪੈਂਤੜਾ ਲੈਂਦੇ ਹੀ ਮਿਆਨ ਚੋਂ ਤੇਗ ਧੂ ਕੇ ਛੰਡੀ ਤੇ ਉਸ ਫੌਜਦਾਰ ਦਾ ਸਿਰ ਲਾ ਦਿੱਤਾ। ਮਾਰਨ ਆਇਓ ਸੋ ਪਰਿਓ, ਪਖ ਸਿੰਘਨ ਗੁਰਕੀਨ। ਕੋਈ ਪੁਆੜੀ ਦੀ ਜੜ ਸੀਗਾ ਜਿਹੜਾ ਫੌਜ ਲੈ ਕੇ ਆਇਆ ਸੀ ਵੀ ਮੈਂ ਸਿੱਖਾਂ ਨੂੰ ਮਾਰਾਂਗਾ, ਫਿਰ ਲਾਹੌਰ ਜਾਵਾਂਗਾ, ਮੇਰਾ ਅਹੁਦਾ ਵਧੇਗਾ। ਇੱਕੋ ਹੀ ਸਿੰਘ ਨੇ ਉਹਦਾ ਵਧਾ ਦਿੱਤਾ ਸਿਰ ਲਾ ਕੇ। ਭੱਜੇ ਤੁਰਕ ਕਿਛ ਲੁਕ ਗਏ, ਮਿਲ ਸਿੰਘਣ ਲਏ ਛੀਨ। ਫੌਜਦਾਰ ਹੀ ਝਟਕ ਦਿੱਤਾ ਤੇ ਬਾਕੀ ਫੌਜ ਜਿਹੜੀ ਸੀ ਭੱਜ ਗਈ ਤੁਰਕਾਂ ਦੀ। ਕੁਝ ਸਿੰਘਾਂ ਨੇ ਘੋੜੇ ਵੀ ਖੋਲੇ, ਉਹਨਾਂ ਦੇ ਤਲਵਾਰਾਂ ਵੀ ਖੋ ਲਈਆਂ, ਬੰਦੂਕਾਂ ਵੀ ਖੋ ਲਈਆਂ। ਚਾਉ ਪਈ ਸਿੰਘਣ ਕੇ ਤਬ ਸ਼ਾਦੀ ਭਈ, ਸਿੰਘਾਂ ਨੂੰ ਖੁਸ਼ੀ ਹੋ ਗਈ। ਦੇਖੋ ਇੱਕ ਪਾਸੇ ਤਾਂ ਮੁਸੀਬਤ ਆਈ ਸੀ ਬੜੀ ਵੱਡੀ, ਪਰ ਮਹਾਰਾਜ ਨੇ ਪਾਸਾ ਪਲਟ ਦਿੱਤਾ ਰਾਤ ਨੂੰ। ਬੈਠੇ ਸਿੰਘ ਆਪ ਦੌਲਤ ਆਈ, ਕਹਿੰਦੇ ਸਿੰਘ ਕਹਿੰਦੇ ਅੱਜ ਤੇ ਘਰ ਬੈਠੇ ਹੀ ਦੌਲਤ ਆ ਗਈ। ਕਹਿੰਦੇ ਭਾਵੇਂ ਕੁਝ ਸਿੰਘ ਸ਼ਹੀਦ ਵੀ ਹੋ ਗਏ,
ਪਰ ਸਿੰਘਾਂ ਨੇ ਖੁਸ਼ੀ ਮਨਾਈ। ਕਹਿੰਦੇ ਅੱਜ ਸ਼ਿਕਾਰ ਖਾਲਸੇ ਦੇ ਆਪੇ ਹੀ ਕੋਲ ਆ ਗਿਆ। ਮਾਰਨ ਆਏ ਸੋ ਮਰ ਗਏ, ਮਾਰਨ ਆਏ ਸੀ ਖਾਲਸੇ ਨੂੰ, ਸਿੰਘਾਂ ਦੇ ਹੱਥੋਂ ਹੀ ਫੌਜਦਾਰ ਮਾਰਿਆ ਗਿਆ ਤੇ ਉਹਨਾਂ ਦੇ ਸਿਪਾਹੀ ਵੀ ਬਹੁਤ ਮਾਰੇ ਗਏ। ਮਰੇ ਸਿੰਘ ਜੋ ਦਰਿਆਓ ਰੁੜਾਈ, ਜਿਹੜੇ ਸਿੰਘ ਇਸ ਲੜਾਈ 'ਚ ਸ਼ਹੀਦ ਹੋਏ ਸੀਗੇ ਨਾ, ਉਹਨਾਂ ਨੂੰ ਨੇੜੇ ਦਰਿਆ ਵਗਦਾ ਸੀ, ਸੰਸਕਾਰ ਦਾ ਤਾਂ ਟਾਈਮ ਨਹੀਂ ਸੀਗਾ। ਉਹਨਾਂ ਨੂੰ ਜਲ ਬੁਰਦਾ ਕਰ ਦਿੱਤਾ, ਜਲ ਪ੍ਰਵਾਹ ਕਰ ਦਿੱਤਾ ਸ਼ਹੀਦਾਂ ਸਿੰਘਾਂ ਦੇ ਸਰੀਰਾਂ ਨੂੰ। ਰਾਤ ਹੋਤ ਲਓ ਦੁਗਣੇ ਆਏ, ਕਹਿੰਦੇ ਦਿਨ ਚੜ੍ਹਦਿਆਂ ਨੂੰ ਜਿਹੜੇ ਹੋਰ ਨੇੜੇ ਸਿੰਘ ਸਨ ਨਾ, ਜਥੇ ਸਿੰਘਾਂ ਦੇ ਨੇੜੇ ਨੇੜੇ ਫਿਰਦੇ ਪਿੰਡਾਂ ਵਿੱਚ, ਉਹ ਇੱਕ ਜਥੇ ਹੋਰ ਸਿੰਘਾਂ ਦੇ ਉੱਥੇ ਆ ਗਏ ਮਹਤਾਬਕੋਟ। ਦਿਨ ਵੇਲੇ ਸਿੰਘ ਹੋਰ ਵੱਧ ਗਏ। ਉਤੋਂ ਖਾਲਸੋ ਸੁੰਮੇ ਬਾਣੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦਸਵੇਂ ਪਾਤਸ਼ਾਹ ਨੇ ਖਾਲਸਾ ਸੁੰਮੇ ਬਾਣੀ ਸਾਜਿਆ ਹੈ। ਸੋਮੇ ਬਾਣੀ ਦਾ ਮਤਲਬ ਹੁੰਦਾ ਸੋਮਾ ਪਾਣੀ ਦਾ, ਜਿਵੇਂ ਪਾਣੀ ਦੇ ਸੋਮੇ ਜਿੰਨਾ ਪਾਣੀ ਨਿਕਲੇ ਥੱਲੇ ਹੋਰ ਆਈ ਜਾਂਦਾ, ਇੱਦਾਂ ਜਿੰਨਾ ਸਰਕਾਰ ਸਿੰਘਾਂ ਨੂੰ ਮਾਰਦੀ ਹੈ ਸਿੰਘ ਓਨਾ ਹੀ ਵੱਧਦੇ ਜਾਂਦੇ ਹਨ। ਭਾਈ ਖਾਲਸੇ ਅਖੈ ਕਹਾਣੀ, ਇਹ ਖਾਲਸੇ ਦੀ ਅਖੈ ਕਹਾਣੀ ਹੈ, ਮੁੱਕਣ ਵਾਲੀ ਨਹੀਂ, ਇਹਦਾ ਨਾਸ ਨਹੀਂ ਹੋਣਾ ਪੰਥ ਖਾਲਸੇ ਦਾ। ਜਿੰਨੇ ਇਹਨਾਂ ਨੂੰ ਮਾਰਦੇ ਉਹ ਆਪ ਮਰ ਜਾਂਦੇ ਆ, ਪੰਥ ਫੇਰ ਵੱਧ ਜਾਂਦਾ ਹੈ। ਇੱਕ ਮਰੇ ਤੋ ਦਸ ਔਰ ਆਵੇ, ਇੱਕ ਸਿੰਘ ਸ਼ਹੀਦ ਹੁੰਦਾ ਤੇ ਦਸ ਹੋਰ ਆ ਜਾਂਦੇ ਆ, ਦਸ ਹੁੰਦੇ ਤੇ ਸੌ ਆ ਜਾਂਦੇ, ਇੱਦਾਂ ਖਾਲਸਾ ਦਸ ਗੁਣਾ ਵੱਧਦਾ ਹੀ ਜਾਂਦਾ ਪੰਥ ਖਾਲਸਾ। ਰਹੇ ਦੁਖੀ ਤਾਂ ਸੁਖੀ ਬਤਾਵੇ, ਕਿਉਂਕਿ ਸਿੰਘਾਂ ਦਾ ਉਦੋਂ ਬੋਲਾ ਸੀ, ਜੇ ਦੁਖੀ ਹੁੰਦੇ ਸੀ ਨਾ ਤੇ ਚੜ੍ਹਦੀ ਕਲਾਂ 'ਚ ਕਹਿੰਦੇ ਵੀ ਤਿਆਰ ਪ੍ਰਤਿਆਰ ਆ, ਬੜੇ ਸੁਖੀ, ਬੜਾ ਹੀ ਆਨੰਦ ਹੈ, ਬੜੀ ਖੁਸ਼ੀ ਹੈ। ਜੇ ਦੁਖੀ ਨੂੰ ਸੁਖੀ ਦੱਸਦੇ ਸਨ। ਸੋ ਗੱਠੇ ਕੋ ਰੂਪਾ ਭਾਖੈ, ਬੋਲੇ ਉਦੋਂ ਸਿੰਘਾਂ ਦੇ ਬੜੇ ਅਜੀਬ ਹੁੰਦੇ ਸਨ। ਅੱਜ ਕੱਲ੍ਹ ਤਾਂ ਅੰਗਰੇਜ਼ੀ ਬੋਲੀ ਸਾਡੇ ਘਰਾਂ 'ਚ ਵੜ ਗਈ ਹੈ, ਪੰਜਾਬੀ ਵੀ ਭੁੱਲ ਗਏ ਜਿਹੜੀ ਆਮ ਬੋਲਦੇ ਸੀ ਨਾ, ਪਰ ਜਿਹੜੀ ਖਾਲਸੇ ਦੀ ਬੋਲੀ ਸੀ ਉਹ ਪੁਰਾਤਨ ਨਿਹੰਗਾਂ ਸਿੰਘਾਂ ਦੇ ਦਲਾਂ ਵਿੱਚ ਹੀ ਹੈ, ਬਾਕੀ ਸਾਰੇ ਭੁੱਲ ਭੁਲਾ ਗਏ ਹੈ। ਗੱਠੇ ਕੋ ਰੂਪਾ ਆਖੈ, ਗੰਢਾ ਪਿਆਜ ਜਿਹੜਾ ਨਾ ਉਹਦਾ ਰੰਗ ਹੁੰਦਾ ਚਾਂਦੀ ਵਰਗਾ, ਇਸ ਕਰਕੇ ਉਹਦਾ ਨਾਮ ਖਾਲਸੇ ਨੇ ਰੱਖਿਆ ਰੂਪਾ ਪ੍ਰਸ਼ਾਦ। ਰੂਪਾ ਚਾਂਦੀ ਨੂੰ ਕਹਿੰਦੇ, ਰੁਪਈਆ ਵੀ ਉਹ ਤੋਂ ਹੀ ਬਣਿਆ ਰੂਪਾ। ਸੋ ਗੱਠੇ ਕੋ ਰੂਪਾ ਆਖੈ, ਸਿੰਘ ਗੰਢੇ ਨੂੰ ਚਾਂਦੀ ਦਾ ਰੰਗ ਦੇਖ ਕੇ ਰੂਪਾ ਕਹਿੰਦੇ ਆ, ਰੂਪਾ ਪ੍ਰਸ਼ਾਦ ਕਹਿੰਦੇ ਆ। ਠੂਠਨ ਕੋ ਸੁਨਹਿਰੋ ਆਖੈ, ਉਹ ਮਿੱਟੀ ਦੇ ਠੂਠੇ ਨੂੰ ਸੁਨਹਿਰਾ ਕਹਿੰਦੇ। ਠੂਠਾ ਆਮ ਤੌਰ 'ਤੇ ਮਿੱਟੀ ਦਾ ਹੁੰਦਾ ਅਤੇ ਉਹਦੇ ਵਿੱਚ ਗਰੀਬ ਲੋਕ ਵਿਚਾਰੇ ਚਾਹ ਪਾਣੀ ਪੀਂਦੇ ਆ, ਗਰੀਬਾਂ ਕੋਲ ਮਿੱਟੀ ਦੇ ਭਾਂਡੇ ਹੁੰਦੇ, ਮਿੱਟੀ ਦੇ ਠੂਠੇ ਹੁੰਦੇ ਆ। ਜੇ ਖਾਲਸੇ ਨੂੰ ਮਿੱਟੀ ਦਾ ਭਾਂਡਾ ਵੀ ਲੱਭ ਜਾਂਦਾ ਸੀ, ਉਹਨੂੰ ਕਹਿੰਦੇ ਸੀ ਸੁਨਹਿਰਾ, ਸੁਨਹਿਰਾ ਮੈਨੇ ਸੋਨੇ ਦਾ, ਸੋਨੇ ਦਾ ਭਾਂਡਾ ਸਮਝਦੇ ਸੀ ਮਿੱਟੀ ਦੇ ਭਾਂਡੇ ਨੂੰ। ਅਤੇ ਆਮ ਤੌਰ 'ਤੇ ਸੁਨਹਿਰਾ ਸਲੋਤਰ ਜਿਹੜਾ ਰਗੜਾ ਲਾਉਣ ਵਾਲੀ ਹੁੰਦੀ ਹੈ ਨਾ ਦੌਰੀ, ਜਿੱਥੇ ਮਹਾਰਾਜ ਨੇ ਅੰਮ੍ਰਿਤ ਛਕਾਉਣ ਵੇਲੇ ਬਾਟਾ ਰੱਖਿਆ ਖੰਡਾ, ਉਹਨੂੰ ਵੀ ਕਹਿੰਦੇ ਆ ਸੁਨਹਿਰਾ। ਸੋ ਇਸ ਤਰ੍ਹਾਂ ਬੋਲੇ ਸਿੰਘਾਂ ਦੇ ਸਨ ਗੜਗਾ ਚ ਬੋਲੇ। ਭੁੱਖੋ ਰਹੇ ਮਸਤ ਲੰਗਰ ਕਹੇ, ਜੇ ਕਿਤੇ ਲੰਗਰ ਨਾ ਪੱਕੇ, ਰੋਟੀ ਨਾ ਹੋਵੇ, ਆਟਾ ਨਾ ਹੋਵੇ ਤੇ ਕਹਿੰਦੇ ਸੀ ਲੰਗਰ ਮਸਤਾਨਾ, ਇਹ ਬੋਲੇ ਸਨ ਖਾਲਸੇ ਦੇ। ਤੇ ਕਣਕ ਨੂੰ ਕਹਿੰਦੇ ਸੀ ਰੂਪ ਕੌਰ, ਉਹ ਚਾਂਦੀ ਵਰਗਾ ਉਹਦਾ ਰੰਗ ਹੈ, ਰੂਪ ਕੌਰ ਦਾ ਪ੍ਰਸ਼ਾਦਾ ਛਕਿਆ। ਜੇ ਮੱਕੀ ਦਾ ਹੋਵੇ ਤੇ ਕਹਿੰਦੇ ਬਸੰਤ ਕੌਰ ਦਾ ਪ੍ਰਸ਼ਾਦਾ ਛਕਿਆ। ਆ ਕੜਛੀ ਨੂੰ ਦਿਆਲ ਕੌਰ ਕਹਿੰਦੇ ਸੀਗੇ, ਕਿਉਂਕਿ ਦਿਆਲ ਹੁੰਦੀ ਹੈ ਤੇ ਬਾਟਾ ਭਰਦਾ ਨਾ, ਕੜਛੀ ਨੂੰ ਦਿਆਲ ਕੌਰ ਕਹਿੰਦੇ। ਚਮਚੇ ਨੂੰ ਬੇਲਚਾ ਕਹਿੰਦੇ ਸੀਗੇ ਤੇ ਕੱਲੇ ਨੂੰ ਸਵਾ ਲੱਖ ਕਹਿੰਦੇ ਸੀ। ਜਿਹਦੀ ਇੱਕ ਅੱਖ ਹੋਵੇ ਕਾਣਾ ਉਹਨੂੰ ਲੱਖ ਨੇਤਰਾ ਕਹਿੰਦੇ ਸੀ, ਜਿਹਦੀ ਇੱਕ ਬਾਂਹ ਹੋਵੇ ਉਹਨੂੰ ਲੱਖ ਬਾਹਾਂ ਸਿੰਘ ਕਹਿੰਦੇ ਸੀ, ਜਿਹਦੀ ਲੱਤ ਵੱਡੀ ਹੋਵੇ ਇੱਕ ਲੱਤ ਹੋਵੇ ਉਹਨੂੰ ਸੁਚਾਲਾ ਸਿੰਘ ਕਹਿੰਦੇ ਸੀ, ਜਿਹਦੇ ਸਿਰ ਦੇ ਕੇਸ ਨਾ ਹੋਣ ਉੱਤੋਂ ਗੰਜਾ ਹੋਵੇ, ਜਮੰਧ ਨੂੰ ਕਈਆਂ ਦੇ ਹੁੰਦੇ ਨੇ ਕਈਆਂ ਦੇ ਝੜ ਜਾਂਦੇ, ਉਹਨੂੰ ਕਲਗਾ ਸਿੰਘ ਕਹਿੰਦੇ ਸੀ, ਜਿਹਦੀ ਨੱਕ ਫੀਨੀ ਹੋਵੇ ਉਹਨੂੰ ਸੁਰਗ ਦੁਆਰੀਆ ਸਿੰਘ ਕਹਿੰਦੇ ਸੀਗੇ। ਔਰ ਜੰਗਲ ਪਾਣੀ ਜਾਣਾ ਤੇ ਕਹਿਣਾ ਚਲੋ ਕਾਬੇ ਹੋ ਆਈਏ, ਤੇ ਜੇ ਜਾਣਾ ਕਹਿੰਦੇ ਕਾਜ਼ੀਆਂ ਨੂੰ ਰਸਤ ਦੇ ਕੇ ਆਈਏ, ਇੱਦਾਂ ਦੇ ਬੋਲੇ ਸਿੰਘਾਂ ਦੇ ਹੁੰਦੇ ਸੀਗੇ। ਅਤੇ ਉਹ ਗੜਗਾਜ ਬੋਲਿਆਂ ਤੋਂ ਹੀ ਤੁਰਕ ਡਰਿਆ ਕਰਦੇ ਸੀ। ਇੱਥੇ ਲਿਖਿਆ ਵੀ ਭੁੱਖੇ ਰਹਿ ਲੰਗਰ ਮਸਤ ਲੰਗਰ ਕਹੈ, ਅੱਠ ਦਿਨ ਭੁੱਖੇ ਰਹਿ ਤੇ ਕਹਿੰਦੇ ਲੰਗਰ ਮਸਤਾਨਾ ਹੋਇਆ, ਇਹ ਨਹੀਂ ਕਹਿੰਦੇ ਭੁੱਖੇ ਮਰਦੇ ਆ, ਕਹਿੰਦੇ ਕੜਾਕੇ ਲੱਗੇ ਖਾਲਸਾ ਜਗੀਰਾਂ ਲੱਗੀਆਂ ਜਗੀਰਾਂ। ਖਾਲਸਾ ਜੀ ਆ ਜਿਹੜੇ ਤੁਸੀਂ ਕੈਨੇਡਾ ਵਿੱਚ ਆ ਕੇ ਮੌਜਾਂ ਮਾਣ ਰਹੇ ਹੋ ਨਾ, ਜਗੀਰਾਂ ਤੁਹਾਡੀਆਂ ਲੱਗੀਆਂ ਹੁਣ, ਪਰ ਇਹ ਜਗੀਰਾਂ ਕਿਵੇਂ ਲੱਗੀਆਂ ਉਦੋਂ ਕਹਿੰਦੇ ਸੀ 300 ਸਾਲ ਪਹਿਲਾਂ ਆਪਣੇ ਬਜ਼ੁਰਗ, ਖਾਲਸੇ ਦੀਆਂ ਜਗੀਰਾਂ ਲੱਗ ਰਹੀਆਂ। ਜਗੀਰ ਦਾ ਮਤਲਬ ਹੁੰਦਾ ਵੀ ਉਸੇ ਬੰਦੇ ਨੂੰ ਉਹਨੂੰ ਬਾਦਸ਼ਾਹ ਵੱਲੋਂ ਜਗੀਰਾਂ ਮਿਲ ਗਈਆਂ ਵੀ ਇਹ ਖੁੱਲ੍ਹਾ ਖਾਈ ਜਾ, ਮੌਜਾਂ ਲਈ ਜਾ। ਸਾਡੇ ਬਜ਼ੁਰਗਾਂ ਨੇ ਤੇਗਾਂ ਮਾਰੀਆਂ ਨੇ, ਅੱਜ ਪੂਰੇ ਵਰਲਡ 'ਚ ਗੁਰੂ ਨਾਨਕ ਦਾ ਨਿਸ਼ਾਨ ਝੂਲਦਾ ਪਿਆ, ਸਰਦਾਰ ਜੀ ਹੁੰਦੀ ਹੈ ਅਤੇ ਜਗੀਰਾਂ ਲੱਗੀਆਂ। ਬੋਲੇ ਸੋਨੇਹਾ, ਸੋ ਸਾਧ ਸੰਗਤ ਜੀ ਇੱਦਾਂ ਬੋਲੇ ਸੀਗੇ ਖਾਲਸੇ ਦੇ,
ਉਹਨਾਂ ਬੋਲਿਆਂ ਦੇ ਨਾਲ ਸਿੰਘ ਵੈਰੀਆਂ ਨੂੰ ਭਾਜੜਾਂ ਪਾ ਦਿੰਦੇ ਸੀਗੇ। ਕਹਿੰਦੇ 125,000 ਫੌਜ ਆ ਗਈ ਸਾਡੇ ਅੰਬਾਲੇ ਦੇ ਲਾਗੇ, ਇੱਕ ਸ਼ਹਿਰ ਹੈ ਸ਼ਾਹਬਾਦ ਮਾਰਕੰਡਾ, ਉਹ ਇੱਕ ਕਸਬਾ ਹੀ ਹੈ, ਅਤੇ ਉੱਥੇ ਇੱਕ ਕਿਲ੍ਹਾ ਸੀਗਾ ਤੁਰਕਾਂ ਦਾ, ਠਾਣਾ ਸੀਗਾ, ਅਤੇ ਠਾਣੇ 'ਚ 400 ਸਿਪਾਹੀ ਸੀਗੇ, 400 ਸਿਪਾਹੀ ਅਤੇ ਥਾਣੇਦਾਰ ਉੱਥੇ ਸੀ ਤੁਰਕਾਂ ਦਾ। 5 ਨਿਹੰਗ ਸਿੰਘ ਕਿੱਧਰੋਂ ਨਿਕਲੇ ਜੰਗਲ ਵਿੱਚੋਂ, ਅਤੇ ਉਹਨਾਂ ਨੇ ਆਖਿਆ ਅੱਜ ਆਪਾਂ ਠਾਣੇ 'ਤੇ ਸ਼ਾਹਬਾਦ 'ਤੇ ਕਬਜ਼ਾ ਕਰਨਾ। ਉਹ ਕਹਿੰਦੇ ਚਲੋ ਖਾਲਸਾ ਜੀ ਹੱਲਾ ਬੋਲੋ, ਫੌਜਾਂ ਬੇਅੰਤ ਨੇ, 500,000 ਸਿੰਘ ਨੇ। ਉਹ ਜਾ ਕੇ ਨਾ ਥਾਣੇ ਦੇ ਸਾਹਮਣੇ ਦੀ 2 ਗਏ ਸਿੰਘ ਅਤੇ 3 ਪਿਛਲੇ ਪਾਸਿਓਂ ਦੀ, ਜਿਹੜੇ ਸਾਹਮਣੇ ਗਏ ਨਾ ਥਾਣੇ ਦੇ ਜਾ ਕੇ, ਉਹ ਤੁਸੀਂ ਦੇਖਿਆ ਹੋਣਾ ਪੰਜਾਬ 'ਚ ਨਾ ਥਾਣੇ ਦੇ ਅੱਗੇ ਇੱਕ ਸੰਤਰੀ ਖੜਾ ਹੁੰਦਾ ਬੰਦੂਕ ਲੈ ਕੇ ਪਹਿਰੇਦਾਰ, ਉਹਨੂੰ ਪਹਿਲਾਂ ਪੁੱਛਣਾ ਪੈਂਦਾ ਵੀ ਅੰਦਰ ਮਿਲਣਾ ਥਾਣੇਦਾਰ ਨੂੰ, ਜਾਣਾ ਕਰਨਾ ਉਹਨੂੰ, ਉਹਨੂੰ ਗੱਲ ਕਰੀ ਦੀ ਹੈ। ਜਾ ਕੇ ਜਦੋਂ ਜਕਾਰਾ ਗਜਾਇਆ ਨਾ, ਦਬਕਾ ਮਾਰਿਆ, ਫਤਿਹ ਗਜਾਈ, ਅਤੇ ਥਾਣੇ ਦਾ ਜਿਹੜਾ ਸੰਤਰੀ ਸੀ ਨਾ ਉਹਦੇ ਵਿੱਚ ਬੰਦੂਕ ਹੱਥੋਂ ਡਿੱਗ ਪਈ, ਅਤੇ ਉਹ ਜਦੋਂ ਸੰਭਲਣ ਲੱਗਾ ਅਤੇ ਉਹਨੂੰ ਕਹਿੰਦਾ ਵੀ ਬੰਦੂਕ ਨਾ ਚੁੱਕ, ਫੌਜਾਂ ਆ ਗਈਆਂ ਨੇ। ਉਹ ਕਹਿੰਦਾ ਕਿੰਨੀਆਂ ਕੁ ਫੌਜਾਂ ਆਈਆਂ ਨੇ? ਕਹਿੰਦਾ 200,000 ਪਹੁੰਚ ਗਈਆਂ ਨੇ, 300,000 ਪਿੱਛੋਂ ਦੀ ਆ ਰਹੀਆਂ ਨੇ। ਉਹ ਥਾਣੇਦਾਰ ਦੇ ਕੋਲ ਗਿਆ ਸੰਤਰੀ, ਜਾ ਕੇ ਕਹਿੰਦਾ ਜੀ ਥਾਣੇਦਾਰ ਸਾਹਿਬ ਗਜਬ ਹੋ ਗਿਆ, ਸਿੱਖਾਂ ਦੀਆਂ ਫੌਜਾਂ ਆ ਗਈਆਂ, 200,000 ਫੌਜ ਕਹਿੰਦੇ ਆ ਗਈ ਹੈ ਅਤੇ 300,000 ਪਿੱਛੋਂ ਆ ਰਹੀ ਹੈ, ਅਤੇ ਆਪਾਂ ਨੂੰ ਮਾਰ ਦੇਣਗੇ, ਆਪਾਂ ਤਾਂ 400 ਹੀ ਹੈ ਸਾਰੇ, ਆਪਾਂ 400 ਬੰਦੇ 500,000 ਦਾ ਮੁਕਾਬਲਾ ਕਿਵੇਂ ਕਰਾਂਗੇ? ਉਹ 400 ਬੰਦੇ ਘੋੜਿਆਂ ਦੇ ਕਾਠੀਆਂ ਪਾ ਕੇ ਫਟਾਫਟ ਪਰਾਂ ਕਰਨਾਲ ਵੱਲ ਦੌੜ ਗਏ, ਅਤੇ ਉੱਥੇ ਉਹ ਜਿਹੜਾ ਸੀ ਨਾ ਥਾਣਾ, ਉਹ 5 ਸਿੱਖਾਂ ਨੇ ਕਬਜ਼ਾ ਕਰ ਲਿਆ। ਅੱਜ ਤੱਕ ਉਹਦਾ ਨਾਮ ਹੈ ਕਿਲ੍ਹਾ ਸਿੱਖਾਂ, ਅਜੇ ਵੀ ਉਹ ਕਿਲ੍ਹਾ ਛੋਟਾ ਜਿਹਾ ਹੈ। ਉਹਦੇ ਲਾਗੇ ਇੱਕ ਬਹੁਤ ਵੱਡੀ ਮਸੀਤ ਸੀਗੀ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਅਤੇ ਨਾਂ ਰੱਖਤਾ ਗੁਰਦੁਆਰਾ ਮਸਤਗੜ੍ਹ ਸਾਹਿਬ। ਜਿੱਥੇ ਮਸੀਤ ਹੋਵੇ ਨਾ ਉਹਦਾ ਨਾਮ ਮਸਤਗੜ੍ਹ ਹੁੰਦਾ ਜੀ, ਗੁਰਦੁਆਰਾ ਬਣਾ ਕੇ ਗੁਰਦੁਆਰਾ ਮਸਤ, ਅਜੇ ਵੀ ਉਹ ਗੁਰਦੁਆਰਾ ਮਸਤਗੜ੍ਹ ਸਾਹਿਬ। ਤੁਸੀਂ ਸ਼ਾਹਬਾਦ ਜਾਓ ਕਦੀ ਅਤੇ ਉੱਥੇ ਪੁੱਛੋ ਵੀ ਮਸਤਗੜ੍ਹ ਸਭ ਤੋਂ ਵੱਡਾ ਗੁਰਦੁਆਰਾ ਮਸਤਗੜ੍ਹ ਹੈ, ਮਸੀਤ ਦੇ ਵਿੱਚ ਬਣਾ ਲਿਆ ਸਿੰਘਾਂ ਨੇ। ਸੋ ਇਸ ਤਰ੍ਹਾਂ ਦੇ ਬੋਲੇ ਬੋਲਿਆ ਕਰਦੇ ਸੀ, ਚੜ੍ਹਦੀ ਕਲਾ 'ਚ ਰਹਿੰਦੇ ਸੀ, 125,000 ਕਹਿੰਦੇ ਸੀ ਇਕੱਲੇ ਨੂੰ। ਖੂਹ ਖਾਤਣ ਮਦ ਬੇਲਣ ਰਹੇ, ਖੂਹ ਖੱਡਾਂ 'ਚ ਰਹਿਣਾ ਪੈਂਦਾ ਸੀ ਜੰਗਲਾਂ ਬੇਲਿਆਂ ਵਿੱਚ, ਉਦੋਂ ਘਰਾਂ 'ਚ ਸਿੰਘ ਨਹੀਂ ਸੀ ਰਿਹਾ ਕਰਦੇ। ਚਾਉ ਪਈ ਇਸੀ ਭਾਂਤ ਸਿੰਘ ਦੁੱਖ ਕੋ ਸਹੈ, ਏਦਾਂ ਸਿੰਘ ਦੁੱਖ ਸਹਿੰਦੇ ਸੀ, ਕਰੜੇ ਪੈ ਰਹੇ ਸਨ ਖਾਲਸੇ ਉੱਤੇ। ਦੁਖੀ ਸਿੰਘ ਇਮ ਦੇਸਹ ਰਹੇ, ਏਦਾਂ ਸਿੰਘ ਦੇਸ਼ ਪੰਜਾਬ ਵਿੱਚ ਕਸ਼ਟ ਸਹਿੰਦੇ ਸੀ। ਕਦੇ ਕਦੇ ਇਕੱਠੇ ਹੋਏ ਦੌੜੈ, ਕਦੀ ਇਕੱਠੇ ਹੁੰਦੇ ਸੀ, ਕਦੀ ਖਿੰਡ ਪੁੰਡ ਕੇ ਗੁਜ਼ਾਰਾ ਕਰਦੇ ਸੀ। ਲੁੱਟੈ ਮੁਦਈਆਂ ਸਿਰ ਭੀ ਤੋੜੈ, ਔਰ ਜਿਹੜੇ ਸਰਕਾਰ ਦੇ ਮੁਦਈ ਸੀਗੇ ਉਹਨਾਂ ਨੂੰ ਸਿੰਘ ਲੁੱਟਿਆ ਕਰਦੇ ਸੀ ਤੇ ਉਹਨਾਂ ਦਾ ਸਿਰ ਵੀ ਭੰਨਿਆ ਕਰਦੇ ਸੀ। ਰਾਤ ਪੜੇ ਸਿੰਘ ਹੋਵੇ ਸ਼ੇਰ, ਔਰ ਰਾਤ ਵੇਲੇ ਸਿੰਘ ਸ਼ੇਰ ਬਣ ਜਾਂਦੇ ਸੀ, ਦਿਨੇ ਗੁਪਤ ਹੋ ਜਾਂਦੇ ਸੀ। ਦਿਨੇ ਲੁਕੇ ਰਹੇ ਝਾੜੀ ਸ਼ੇਰ, ਦਿਨ ਜਿਵੇਂ ਝਾੜਾਂ ਵਿੱਚ ਸ਼ੇਰ ਲੁਕਿਆ ਰਹਿੰਦਾ ਨਾ, ਜਦੋਂ ਲੋੜ ਪੈਂਦੀ ਉਦੋਂ ਸ਼ਿਕਾਰ ਨੂੰ ਨਿਕਲਦਾ, ਨਹੀਂ ਤਾਂ ਆਪਣੀ ਮਸਤੀ 'ਚ ਸੌਂਦਾ। ਏਦਾਂ ਸਿੰਘ ਕਮਾਦਾਂ ਗੰਨਿਆਂ ਵਿੱਚ, ਖੱਡਾਂ ਵਿੱਚ, ਬੇਲਿਆਂ ਵਿੱਚ, ਝਾੜਾਂ ਵਿੱਚ, ਦਰਿਆਵਾਂ ਦੇ ਛੰਭਾਂ ਵਿੱਚ ਰਿਹਾ ਕਰਦੇ ਸੀ। ਬਹੁਤਨ ਕੋ ਡਰ ਸਿੰਘ ਨਾ ਗਣੈ, ਸਿੰਘ ਬਹੁਤਿਆਂ ਦੀ ਗਿਣਤੀ ਦਾ ਡਰ ਨਹੀਂ ਸੀ ਮੰਨਦੇ, ਵੀ ਅਸੀਂ ਥੋੜਿਆਂ ਦੇ ਦੁਸ਼ਮਣ ਜ਼ਿਆਦਾ ਹੈ। ਪਰੈ ਰਾਤ ਕੋ ਥੋੜਾ ਜਣੈ, ਥੋੜੇ ਹੀ ਜਾ ਕੇ ਲੱਖਾਂ ਨੂੰ ਪੈ ਜਾਂਦੇ ਸੀ ਤੇ ਉਹਨਾਂ ਦੇ ਘੋੜੇ ਖੋਹ ਕੇ ਲੈ ਆਉਂਦੇ ਸੀ। ਦੋਹਰਾ ਤੁਰਕ ਜਹਾਂ ਡੇਰਾ ਕਰੈ ਤੱਕ ਰਾਤ ਸਿੰਘ ਪਹੁੰਚਾਹੀ, ਔਰ ਜਿੱਥੇ ਤੁਰਕ ਰਾਤ ਨੂੰ ਡੇਰਾ ਕਰਕੇ ਸੌਂਦੇ ਸੀ, ਸਿੰਘ ਰਾਤ ਨੂੰ ਜਾ ਕੇ ਤੁਰਕਾਂ ਦੇ ਡੇਰੇ ਤੇ ਹਮਲਾ ਕਰ ਦਿੰਦੇ ਸੀ ਤੇ ਉਹਨਾਂ ਦਾ ਰਾਸ਼ਨ ਪਾਣੀ ਘੋੜੇ ਸਭ ਖੋਹ ਲਿਆਉਂਦੇ ਸੀ। ਚੋਰੀ ਚੋਰੀ ਭੱਜ ਨੱਠ ਤਿੰਨ ਹੀ ਕੋ ਲੁੱਟ ਖਾਹੀ, ਏਦਾਂ ਚੋਰੀ ਚੋਰੀ ਰਾਤੀ ਜਾ ਕੇ ਭੱਜ ਨੱਠ ਕਰਕੇ ਦੌੜ ਕਰਕੇ ਤੁਰਕਾਂ ਨੂੰ ਹੀ ਲੁੱਟ ਕੇ ਖਾਣਾ, ਸ਼ਸਤਰ ਅਸਲਾ ਵੀ ਉਹਨਾਂ ਦਾ ਹੀ ਖੋਹਣਾ, ਘੋੜੇ ਵੀ ਉਹਨਾਂ ਦੇ ਖੋਹਣੇ, ਜੰਗ ਵੀ ਉਹਨਾਂ ਨਾਲ ਲੜਨਾ, ਏਦਾਂ ਦੀ ਟੱਕਰ ਸੀ ਖਾਲਸੇ ਦੀ। ਦੋਹਰਾ ਸਾਖ ਸੁਣੋ ਉਨ ਸਿੰਘਨ ਕੀ ਜੋ ਘੇਰਾ ਖੱਡ ਮਾਹੀ, ਹੁਣ ਇੱਕ ਬੜੀ ਵੱਡੀ ਮੱਝ ਦੇਸ਼ ਵਿੱਚ ਹੋਰ ਘਟਨਾ ਵਾਪਰੀ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਵਿੱਚ, ਕਿ ਸਿੰਘ ਖੱਡ ਵਿੱਚ ਰਹਿੰਦੇ ਸੀ। ਖੱਡ ਵਿੱਚ, ਖੱਡ ਕੀ ਹੁੰਦੀ ਹੈ, ਬਘਿਆੜਾਂ ਨੇ ਆਪਣੇ ਰਹਿਣ ਵਾਸਤੇ ਘੁਰਨਾ ਪੁੱਟਿਆ ਹੁੰਦਾ ਜੰਗਲ ਵਿੱਚ, ਅਤੇ ਉਹਦੇ ਵਿੱਚ ਥੱਲੇ ਬਹੁਤ ਡੂੰਘਾ ਸੀਗਾ, ਉਹ ਡੂੰਘੀ ਖੱਡ ਸੀ ਬਘਿਆੜਾਂ ਦੀ ਖੱਡ,
ਉਹਦੇ ਚ ਸਿੰਘ ਰਿਹਾ ਕਰਦੇ ਸਨ। ਭੂਮ ਮਾਹੇ ਆਕੀ ਭਏ ਸੁਣੋ ਉਹਨਾਂ ਕੇ ਨਾ ਆਏ, ਉਹ ਜ਼ਮੀਨ ਦੇ ਵਿੱਚ ਆਕੀ ਹੋ ਗਏ, ਧਰਤੀ ਦੇ ਵਿੱਚ ਖੱਡ ਪੱਟ ਕੇ ਰਹਿੰਦੇ ਰਹੇ ਸਿੰਘ, ਉਹਨਾਂ ਦੇ ਨਾਮ ਵੀ ਸੁਣ ਲਓ ਕਿਹੜੇ ਕਿਹੜੇ ਸਿੰਘ ਸਨ। ਚਾਉ ਪਏ ਮੀਰਾਂ ਕੋਟ ਜੋ ਸਾਡੇ ਗ੍ਰਾਮ, ਭਾਈ ਰਤਨ ਸਿੰਘ ਕਹਿੰਦੇ ਜਿਹੜਾ ਸਾਡਾ ਪਿੰਡ ਹੈ ਮੇਰੇ ਦਾਦੇ ਮਹਤਾਬ ਸਿੰਘ ਦਾ, ਮੀਰਾਂ ਕੋਟ ਰਾਜਾ ਸਾਂਸੀ ਹਵਾਈ ਅੱਡੇ ਦੇ ਕੋਲ ਹੈ। ਭਇਓ ਸਿੰਘ ਲੱਦਾ ਸਿੰਘ ਨਾਮ, ਉੱਥੇ ਇੱਕ ਸਾਡਾ ਬਜ਼ੁਰਗ ਹੋਇਆ ਲੱਦਾ ਸਿੰਘ। ਭੰਗੂ ਗੋਤ ਅਸਾਡੋ ਤਾਇਓ, ਉਹ ਸਾਡਾ ਤਾਇਆ ਹੀ ਲੱਗਦਾ ਸੀ, ਭੰਗੂ ਗੋਤ ਵਿੱਚੋਂ ਸੀ, ਮਹਤਾਬ ਸਿੰਘ ਦਾ ਭਾਈ ਸੀ ਰਿਸ਼ਤੇਦਾਰੀ ਚੋਂ ਸ਼ਰੀਕੇ ਚੋਂ। ਪਰਦੇਸ਼ ਜਾਏ ਉਨ ਬੜ ਦੁੱਖ ਪਾਇਓ, ਉਹ ਲੱਦਾ ਸਿੰਘ ਵਿਚਾਰਾ ਤੁਰਕਾਂ ਨੂੰ ਤੰਗ ਆ ਕੇ ਦੇਸ਼ ਪ੍ਰਦੇਸ਼ ਧੱਕੇ ਖਾਂਦਾ ਰਿਹਾ, ਬੜਾ ਦੁਖੀ ਹੋਇਆ। ਮੰਗਿਓ ਮਿਲੇ ਨਾ ਉਧਾਰ ਕੋ ਦੇ, ਉਹ ਐਸਾ ਸਮਾਂ ਸੀ ਵੀ ਮੰਗਿਆ ਕੋਈ ਦਿੰਦਾ ਨਹੀਂ ਸੀ ਤੇ ਉਧਾਰ ਵੀ ਨਹੀਂ ਸੀ ਕੋਈ ਦਿੰਦਾ। ਆਖੇ ਚੋਰ ਪਿੰਡ ਰਹਿਣ ਨਾ ਦੇ, ਇਹ ਬੜਾ ਵੱਡਾ ਚੋਰ ਹੈ ਲੱਦਾ ਸਿੰਘ, ਇਹਨੂੰ ਪਿੰਡ ਚ ਵੀ ਨਹੀਂ ਵੜਨ ਦੇਣਾ। ਸਿੱਖਾਂ ਨੂੰ ਚੋਰ ਕਹਿੰਦੇ ਸੀ ਸਰਕਾਰ, ਉਦੋਂ ਉਧਾਰ ਵੀ ਨਹੀਂ ਦੇਣਾ, ਮੰਗਿਆ ਵੀ ਨਹੀਂ ਦੇਣਾ, ਫਿਰ ਖੋ ਕੇ ਖਾਣਾ ਪੈਣਾ, ਹੋਰ ਤਾਂ ਰਸਤਾ ਹੀ ਕੋਈ ਨਹੀਂ। ਏਦਾਂ ਦਾ ਸਮਾਂ ਸੀਗਾ ਉਦੋਂ, ਪਿੰਡਾਂ ਚ ਰਹਿਣ ਨਹੀਂ ਸੀ ਦਿੰਦੇ। ਜਾਉ ਉਜਾੜਨ ਕੈ ਸਿੰਘ ਰਹਿ ਬੀਚ, ਜਿਹੜੇ ਉਜਾੜਾਂ ਜੰਗਲਾਂ ਚ ਸਿੰਘ ਰਹਿੰਦੇ ਸੀ। ਅਹੈ ਧਾੜਵੀ ਲੋਕ ਉਨ ਨੀਚ, ਨੀਚ ਲੋਕ ਉਹਨਾਂ ਨੂੰ ਧਾੜਵੀ ਕਹਿੰਦੇ ਸੀ, ਡਾਕੂ ਨੇ ਤਾਂ ਸਿੰਘਾਂ ਨੂੰ ਡਾਕੂ ਸਮਝਦੇ ਸਨ। ਮਾਰਨ ਦੌੜਾ ਆਓ ਫੜ ਲੇ, ਪਰ ਪਿੰਡਾਂ ਦੇ ਲੋਕ ਸਿੰਘਾਂ ਨੂੰ ਮਾਰਨ ਲਈ ਦੌੜੇ ਰਹਿੰਦੇ ਸੀ, ਪਿੱਛੇ ਸਿੰਘਾਂ ਦਾ ਸ਼ਿਕਾਰ ਕਰਦੇ, ਕੱਲਾ ਤੋਂ ਕੱਲਾ ਸਿੱਖ ਜਾਂਦਾ ਨੂੰ ਫੜ ਲੈਂਦੇ ਸੀ। ਭੁੱਖੇ ਰੱਖ ਹੈ ਕੱਚ ਖਾਣ ਨਾ ਦੇ, ਉਹਨਾਂ ਨੂੰ ਬੰਨ ਕੇ ਨਾ ਭਾ ਛੱਡਦੇ ਸੀ ਦਰਖਤਾਂ ਨਾਲ ਜਾਂ ਪਿੰਡਾਂ ਘਰਾਂ ਦੇ ਵਿੱਚ ਬੰਨ ਕੇ ਰੱਖਣਾ ਚੌਧਰੀਆਂ ਨੇ, ਤੇ ਰੋਟੀ ਨਹੀਂ ਦੇਣੀ, ਚਾਰ ਚਾਰ ਪੰਜ ਪੰਜ ਦਿਨ ਭੁੱਖੇ ਹੀ ਬੈਠੇ ਰਹਿਣਾ ਵਿਚਾਰਿਆਂ ਨੇ। ਇਸ ਦੁੱਖ ਤੇ ਦੇਸ਼ ਔਰ ਚੱਲ ਜਾਵੇ, ਇਸ ਕਰਕੇ ਦੇ ਇਸ ਦੁੱਖ ਤੋਂ ਵੀ ਭੁੱਖੇ ਵੀ ਰੱਖਣਗੇ, ਕੁੱਟਣ ਮਾਰਨਗੇ ਵੀ, ਤੇ ਸਿੰਘ ਵਿਚਾਰੇ ਘਰਾਂ ਨੂੰ ਛੱਡ ਕੇ ਦੂਜੇ ਦੇਸ਼ਾਂ ਨੂੰ ਚਲੇ ਜਾਂਦੇ ਸੀ। ਕਈ ਅੱਕ ਮੁੜ ਨਿਜ ਵਤਨ ਆਵੇ, ਉੱਥੇ ਵੀ ਕੋਈ ਜਾਣ ਪਛਾਣ ਤੋਂ ਬਿਨਾਂ ਕੌਣ ਪੁੱਛਦਾ, ਉੱਥੇ ਵੀ ਔਖੀ ਹੁੰਦੀ ਸੀ, ਫੇਰ ਮੁੜ ਕੇ ਆਪਣੇ ਪੰਜਾਬ ਨੂੰ ਹੀ ਆਉਣਾ ਪੈਂਦਾ ਸੀ। ਪਰਦੇਸ਼ ਦੁੱਖ ਤੇ ਵਤਨ ਆਵੇ, ਪਰਦੇਸ਼ ਦੇ ਦੁੱਖ ਉਦੋਂ ਭੈੜੇ ਆ, ਪਰਦੇਸ਼ ਵਿੱਚ ਕੌਣ ਪੁੱਛਦਾ ਬਗਾਨਾ, ਫੇਰ ਪੰਜਾਬ ਆਉਂਦੇ ਸੀ। ਇਹਾਂ ਲੋਕ ਛਾਪ ਕੁਛ ਦਿਨ ਲਖਾਵੇ, ਇੱਥੇ ਵੀ ਲੋਕ ਛਿਪ ਕੇ ਦਿਨ ਕੱਟਣੇ ਪੈਂਦੇ ਸੀ, ਨਾ ਘਰ ਸੁੱਖ ਨਾ ਬਾਹਰ ਸੁੱਖ, ਇਹੋ ਜਿਹੀ ਹਾਲਤ ਸੀਗੀ ਉਸ ਵੇਲੇ। ਉਤੇ ਖੱਡ ਬਗਿਆੜਨ ਕੇਰੀ, ਤੋਂ ਬਗਿਆੜਾਂ ਨੇ ਖੱਡ ਪੱਟੀ ਹੋਈ ਸੀ, ਇੱਕ ਮਾਝੇ ਦੀ ਗੱਲ ਹੈ। ਪੱਟ ਬਣਾਏ ਹੁਣ ਕਰੀ ਬਡੇਰੀ, ਉਹ ਖੱਡ ਪੱਟ ਪੱਟ ਕੇ ਨਾ ਸਿੰਘਾਂ ਨੇ ਵੱਡੀ ਕਰ ਲਈ ਆਪ ਕਈਆਂ ਦੇ ਨਾਲ। ਦੋਹਰਾ ਰਾਤ ਹੋਤ ਨਿਕਸੈ ਤਾਉ, ਦਿਨ ਚੜ ਰਹੇ ਸਿਪਾਹੀ, ਤੁਰਕਾਂ ਨੂੰ ਇਹ ਸੀ ਵੀ ਖੱਡ ਚ ਬਗਿਆੜ ਰਹਿੰਦੇ ਆ, ਲੋਕਾਂ ਨੂੰ ਤੇ ਇਹ ਸੀ ਨਾ ਬਗਿਆੜਾਂ ਦੀ ਖੱਡ ਜਾਂਦਾ ਨਹੀਂ ਸੀ ਕੋਈ ਉੱਧਰ, ਸਿੰਘਾਂ ਨੇ ਬਗਿਆੜ ਦਾ ਝਟਕਾ ਝੜਕੂ ਛੱਡੇ ਤੇ ਆਪ ਸ਼ੇਰ ਉਹਦੇ ਚ ਵੜ ਗਏ। ਉਹ ਖੱਡ ਦੇ ਵਿੱਚ ਹੀ ਰਹਿੰਦੇ ਸਾਰਾ ਦਿਨ, ਰਾਤ ਨੂੰ ਨਿਕਲ ਕੇ ਕਿਤੇ ਲੁੱਟਮਾਰ ਕਰਕੇ ਆਉਂਦੇ ਸੀ। ਸਿੰਘਣ ਲੀਨੋ ਕਰਤੀ ਮੈਂ ਜਿਵੇਂ ਉੱਲੂ ਕੋ ਸੁਭਾਈ, ਸਿੰਘਾਂ ਨੇ ਏਦਾਂ ਦਾ ਸੁਭਾਅ ਕਰ ਲਿਆ ਜਿਵੇਂ ਉੱਲੂ ਰਾਤ ਨੂੰ ਹੀ ਦੌੜਦਾ ਨਾ, ਵੀ ਦਿਨੇ ਗੁਪਤ ਹੋ ਜਾਂਦਾ। ਏਦਾਂ ਫਿਰ ਖਾਲਸੇ ਨੇ ਆਪਣਾ ਸੁਭਾਅ ਬਣਾ ਲਿਆ ਵੀ ਰਾਤੋ ਰਾਤ ਹੀ ਮੋਰਚਾ ਫਤਿਹ ਕਰਦੇ ਸੀ। ਜਾਓ ਪਈ ਰਾਤ ਪੜਤ ਸਿੰਘ ਘਰ ਕੋ ਜਾਣ, ਰਾਤ ਪੈਂਦੀ ਸਿੰਘ ਘਰਾਂ ਜਾਂ ਆਪਣੇ ਪਰਿਵਾਰਾਂ ਨੂੰ ਪਤਾ ਲੈਣ ਵੀ ਜਾਂਦੇ ਸੀ। ਘਰ ਤੇ ਮਿਲੈ ਸੋ ਰਲ ਮਿਲ ਖਾਣ, ਘਰੋਂ ਬੀਬੀਆਂ ਭੈਣਾਂ ਮਾੜਾ ਮੋਟਾ ਰੁੱਖਾ ਮਿਸਾ ਜੋ ਪ੍ਰਸ਼ਾਦਾ ਬਣਾ ਕੇ ਰੱਖਦੀਆਂ ਸੀਗੀਆਂ, ਰਾਤ ਨੂੰ ਲੈ ਆਉਂਦੇ ਸੀ, ਨਾਲ ਦੇ ਸਿੰਘਾਂ ਨੂੰ ਵੰਡ ਕੇ ਛਕਾ ਦਿੰਦੇ ਸੀ। ਹੁਣ ਸਿੰਘ ਪਾਸ ਕੋਈ ਔਰ ਸਿੰਘ ਆਵੇ, ਉਹਨਾਂ ਸਿੰਘਾਂ ਦੇ ਕੋਲ ਹੋਰ ਜੇ ਕੋਈ ਸਿੰਘ ਆ ਜਾਂਦਾ ਸੀ, ਖੁਲਾਏ ਕਹਿ ਤਾਉ ਆਪ ਖਾਵੇ, ਪਹਿਲਾਂ ਉਹਨੂੰ ਛਕਾਉਂਦੇ ਸੀ ਫਿਰ ਆਪ ਛਕਦੇ ਸੀ। ਜਿਸੇ ਸਿੱਖ ਪੈ ਕੰਮ ਹੋਏ ਚੂਨ, ਜਿਹਦੇ ਕੋਲ ਆਟਾ ਨਾ ਹੋਵੇ ਘਰ ਦੇ ਵਿੱਚ, ਉਸੇ ਖੁਲਾਵੇ ਆਪ ਰਹੇ ਊਨ, ਉਹਨੂੰ ਛਕਾ ਕੇ ਤੇ ਆਪ ਭੁੱਖੇ ਹੀ ਰਹਿ ਲੈਂਦੇ ਸੀ। ਜੋ ਜੋ ਸਿੰਘ ਉਦਮੀ ਹੋਏ, ਜਿਹੜੇ ਕੋਈ ਉਦਮੀ ਸਿੰਘ ਹੁੰਦੇ ਸੀ, ਹਿੰਮਤੀ ਸਿੰਘ ਹੁੰਦੇ ਸੀ, ਦਸ ਪੰਜ ਰਲ ਕੇ ਦੌੜੇ ਸੋਏ, ਉਹ ਦਸ ਵੀ ਇਕੱਠੇ ਹੋ ਕੇ ਰਾਤ ਨੂੰ ਨਿਕਲਦੇ ਸੀ, ਸਾਗ ਅੰਨ ਪੱਟ ਲਿਆਵੇ ਸੋਏ, ਔਰ ਜਾ ਕੇ ਬਾਹਰੋਂ ਜੰਗਲਾਂ ਚੋਂ ਸਾਗ ਸੂਗ ਲਿਆਉਂਦੇ ਸੀ, ਜਾਂ ਕੋਈ ਅੰਨ ਜਾਂ ਗੰਨੇ ਜਾਂ ਜੋ ਵੀ ਮੇਲੇ ਫਸਲ ਉਹ ਪੱਟ ਕੇ ਲਿਆ ਕੇ ਛਕਦੇ ਸੀ। ਚੋਰੀ ਛਿਪੀ ਪੈਣ ਉਨ ਗੁਜਰ ਹੋਏ, ਬੜੀ ਔਖੀ ਗੁਜਰ ਸੀ, ਘਰਾਂ ਵਿੱਚ ਬੀਬੀਆਂ ਵਿਚਾਰੀਆਂ ਵੀ ਬੈਠੀਆਂ, ਉਹਨਾਂ ਨੂੰ ਵੀ ਆਟਾ ਦਾਲ ਪ੍ਰਸ਼ਾਦਾ ਕੋਈ ਨਹੀਂ ਸੀ ਹੁੰਦਾ। ਕਉ ਬਖਤਾਵਰ ਜਿਸ ਹੋਏ ਪਿਤ ਮਾਤ, ਹਾਂ ਜਿਹਦੇ ਮਾਤਾ ਪਿਤਾ ਕੋਲ ਕੁਝ ਹੋਵੇ, ਸੋਈ ਜਾਏ ਘਰ ਖਾਵੇ ਰਾਤ, ਉਹ ਘਰੋਂ ਖਾਂਦਾ ਸੀ ਨਹੀਂ ਤੇ ਘਰ ਵੀ ਕੀ ਸੀਗਾ, ਜੇ ਕਮਾਈ ਕਰਕੇ ਬੰਦੇ ਨੇ ਘਰ ਲਿਆਉਣੀ, ਕਮਾਈ ਤੇ ਹੈ ਨਹੀਂ ਕੋਈ, ਘਰ ਕਿੱਥੋਂ ਆਉਣੀ ਹੈ।
ਘਰ ਨਿਆਣੇ ਭੁੱਖੇ ਬਾਹਰ ਆਪ ਭੁੱਖੇ ਏਦਾਂ ਦਾ ਸਮਾਂ ਬਣਿਆ ਹੋਇਆ ਸੀ। ਦੋਹਰਾ ਇਸੀ ਭਾਂਤ ਸਿੰਘ ਰਹਿਤ ਥੇ ਬਗਿਆੜਨ ਖੱਡ ਮਾਹੇ। ਉਹ ਬਗਿਆੜਾਂ ਦੀ ਇੱਕ ਖੱਡ ਸੀਗੀ, ਉਹਦੇ ਵਿੱਚ ਕਈ ਸਿੰਘ ਰਹਿੰਦੇ ਸੀ। ਜਸੂਸਣ ਨੇ ਤੇਊ ਲਖੇ ਜਾ ਕਹਿਓ ਸੋ ਤੁਰਕਣ ਪਾਹੇ। ਹੁਣ ਸੀ ਆਈ ਡੀ ਵਾਲਿਆਂ ਦੇ ਬੜੇ ਕੰਨ ਤਿੱਖੇ ਹੁੰਦੇ ਆ, ਉਹਨਾਂ ਨੇ ਪਤਾ ਕਰਕੇ ਸਿੰਘਾਂ ਦਾ ਵੀ ਇਹ ਤਾਂ ਇਸ ਖੱਡ 'ਚ ਬੰਦੇ ਰਹਿੰਦੇ ਆ, ਰਾਤ ਨੂੰ ਆਉਂਦੇ ਜਾਂਦੇ ਆ। ਉਹਨਾਂ ਨੇ ਖਬਰ ਕਰਤੀ ਸਰਕਾਰ ਨੂੰ। ਚਾਉ ਪਈ ਸੁਣਤ ਫੌਜ ਤੁਰਕਣ ਚੜ ਆਈ। ਤੁਰਕਾਂ ਦੀ ਫੌਜ ਚੜ ਕੇ ਆ ਗਈ, ਖੱਡ ਨੂੰ ਘੇਰਾ ਪਾ ਲਿਆ। ਇੱਕ ਔਰ ਢੁੱਕ ਬਹੀ ਛਿਪਾਈ। ਫੌਜ ਇੱਕ ਪਾਸੇ ਤੁਰਕਾਂ ਦੀ ਢੁੱਕ ਕੇ ਬਹਿ ਗਈ ਕਿ ਖੱਡ ਚੋਂ ਬਾਹਰ ਨਿਕਲਣਗੇ ਤੇ ਮਾਰਾਂਗੇ। ਸਿੰਘ ਵੜਤ ਉਨ ਲੱਖ ਜੇ ਲੀਨ। ਖੱਡ 'ਚ ਵੜਦੇ ਸਿੰਘ ਵੇਖ ਲਏ ਸਨ ਤੁਰਕਾਂ ਨੇ। ਤਹਿ ਉਸ ਵਕਤ ਸਿੰਘ ਥੇ ਤੀਨ। ਉਹ ਸਿਰਫ ਤਿੰਨ ਹੀ ਸਿੰਘ ਸਨ ਉਸ ਵੇਲੇ ਜਦੋਂ ਅੰਦਰ ਵੜੇ ਨਾ ਖੱਡ ਵਿੱਚ, ਤਿੰਨ ਹੀ ਸਿੰਘ ਸਨ ਜਦੋਂ ਤੁਰਕਾਂ ਨੇ ਦੇਖਿਆ। ਲੱਦਾ ਸਿੰਘ ਜੋ ਭੰਗੂ ਸੁਣਾਇਓ। ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਤਾਇਆ ਸੀ ਲੱਦਾ ਸਿੰਘ ਭੰਗੂ ਮੀਰਾਂ ਕੋਟੀਆਂ ਦਾ। ਰਾਮ ਸਿੰਘ ਲੰਬੇ ਹੇਹਰ ਗਾਇਓ। ਲੰਮਾ ਹੇਹਰ ਪਿੰਡ ਹੈ ਮਾਝੇ ਜੋ, ਉੱਥੋਂ ਦਾ ਸੀਗਾ ਇੱਕ ਰਾਮ ਸਿੰਘ। ਸੁਲੱਖਣ ਸਿੰਘ ਗਿੱਲ ਥੋ ਆਹੇ। ਇੱਕ ਸੁਲੱਖਣ ਸਿੰਘ ਗਿੱਲ ਜਾਤੀ ਦਾ ਸੀ। ਤਿੰਨੇ ਤੁਰਕਣ ਵੜਤ ਦਰਸਾਏ। ਉਹ ਤਿੰਨੇ ਸਿੰਘ ਸੁਲੱਖਣ ਸਿੰਘ, ਰਾਮ ਸਿੰਘ ਤੇ ਲੱਦਾ ਸਿੰਘ ਖੱਡ 'ਚ ਵੜਦੇ ਤੁਰਕਾਂ ਨੇ ਦੇਖ ਲਏ। ਪਰ ਕਰਕੇ ਉਠਾਵਣ ਤੁਰਕ ਤੁਰਤ ਪਏ। ਉਹਨਾਂ ਨੇ ਆਖਿਆ ਇਹਨਾਂ ਨੂੰ ਬਾਹਰ ਕੱਢੀਏ ਤੇ ਮਾਰ ਲਈਏ। ਵੜਤ ਪਤਾਲ ਸਿੰਘ ਆਕੀ ਭਏ। ਸਿੰਘ ਥੱਲੇ ਪਤਾਲ ਵਿੱਚ ਚਲੇ ਗਏ, ਬਹੁਤ ਡੂੰਘੀ ਖੱਡ ਸੀਗੀ, ਉੱਥੇ ਜਾ ਕੇ ਆਕੀ ਹੋ ਗਏ। ਕਹਿੰਦੇ ਅਸੀਂ ਕਿਹੜਾ ਬਾਹਰ ਆਉਣਾ, ਬੈਠੇ ਰਹੇ ਅੰਦਰ। ਫੜ ਤਲਵਾਰ ਔਰ ਬੁਗਦੇ ਬਹੇ। ਸਿੰਘਾਂ ਕੋਲ ਤਲਵਾਰਾਂ ਜਾਂ ਪਰਚੇ ਜੋ ਸ਼ਸਤਰ ਸੀਗੇ ਲੈ ਕੇ ਬਹਿ ਗਏ ਅੰਦਰ। ਲੜਨ ਭੁਲਣ ਕੋ ਤਿਆਰ ਸੋ ਭਏ। ਉਹ ਤਿੰਨੇ ਹੀ ਲੱਦਾ ਸਿੰਘ, ਰਾਮ ਸਿੰਘ, ਸੁਲੱਖਣ ਸਿੰਘ ਲੜਨ ਨੂੰ ਤਿਆਰ ਹੋ ਗਏ। ਇੱਕ ਦੋ ਦਿਨ ਕੋ ਅਨਾਜ ਥੋ ਮਾਹੇ। ਇੱਕ ਦੋ ਦਿਨ ਦਾ ਖਾਣਾ ਵੀ ਅੰਦਰ ਸੀਗਾ ਖਾਣ ਵਾਸਤੇ। ਨੀਰ ਪਤਾਲ ਕੋ ਥੋ ਉਨ ਪਾਹੇ। ਤੇ ਥੱਲੇ ਉਹ ਪਾਣੀ ਵੀ ਉਹਨਾਂ ਨੇ ਕੱਢਿਆ ਹੋਇਆ ਸੀ ਜ਼ਮੀਨ ਚ, ਡੂੰਘੇ ਜੋ ਚਲੇ ਗਏ ਥੱਲੇ ਖੂਹ ਬਣ ਗਿਆ, ਉੱਥੋਂ ਝਪੱਚਾ ਜਿਹਾ ਬਣਿਆ ਸੀ, ਉੱਥੇ ਪੀਣ ਨੂੰ ਪਾਣੀ ਵੀ ਸੀ ਥੋੜਾ ਬਾਲਾ, ਉਹ ਪਾਣੀ ਵੀ ਪੀ ਲੈਂਦੇ ਸੀ ਥੋੜਾ ਬਾਲਾ। ਖਾਣ ਪੀਣ ਦਾ ਛੋਲੇ ਜਾਂ ਏਦਾਂ ਦੀ ਚੀਜ਼ਾਂ ਰੱਖੀਆਂ ਸੀ, ਖਾ ਲੈਂਦੇ ਸੀ। ਤੁਰਕਣ ਸੇ ਤੁਰਕਣ ਕੇ ਸੋ ਹੱਥ ਨਾ ਆਏ। ਤੁਰਕ ਬੜਾ ਜ਼ੋਰ ਲਾਉਂਦੇ ਰਹੇ ਪਰ ਉਹ ਸਿੰਘ ਨਹੀਂ ਕਾਬੂ ਆਏ। ਉੱਤੋਂ ਗੋਲੀਆਂ ਵੀ ਮਾਰੀਆਂ ਪਰ ਉਹ ਸਾਈਡਾਂ ਤੇ ਸਨ, ਸਿੱਧੀ ਗੋਲੀ ਜਾਂਦੀ ਉਹ, ਉੱਥੇ ਗੋਲੀ ਸਿੱਧੀ ਪਹੁੰਚਦੀ ਨਹੀਂ ਸੀ, ਇਸ ਕਰਕੇ ਖੱਡਾਂ ਦੇ ਵਿੱਚ ਤੁਰਕਾਂ ਦੀ ਪੇਸ਼ ਨਹੀਂ ਗਈ। ਤਬ ਤੁਰਕਣ ਜਾਓ ਮਤੇ ਮਤਾਏ। ਫਿਰ ਤੁਰਕਾਂ ਨੇ ਇਹ ਮਤਾ ਕੀਤਾ, ਦੋਹਰਾ ਮਾਰੋ ਬੰਦੂਕਾਂ ਛਲਕ ਬਾਹੋ, ਵੱਡ ਹੋਏ ਜਾਏ ਧੂੰਆਂ ਧਾਰ। ਇੰਨੀਆਂ ਗੋਲੀਆਂ ਚਲਾ ਦੇ ਵੀ ਅੰਦਰ ਧੂੰਆਂ ਹੋ ਜਾਏ ਤੇ ਧੂੰਏ ਨਾਲ ਤੰਗ ਆ ਕੇ ਬਾਹਰ ਆ ਜਾਣ। ਧੂੰਏ ਨਾਲ ਜਬ ਬੇਹੋਸ਼ ਹੋਏ ਲਿਹੋ ਕਾਢ ਕਰ ਮਾਰ। ਜੇ ਧੂੰਏ ਨਾਲ ਬੇਹੋਸ਼ ਹੋ ਜਾਣਗੇ ਫਿਰ ਬਾਹਰ ਕੱਢ ਲਵਾਂਗੇ। ਜਾਓ ਭਾਈ ਸਭ ਬੰਦੂਕ ਮਦ ਖੱਡਣ ਜੋਰੀ। ਉਹਨਾਂ ਨੇ ਸਾਰੀਆਂ ਬੰਦੂਕਾਂ ਖੱਡ ਵੱਲ ਕਰਕੇ ਚਲਾਣੀਆਂ ਸ਼ੁਰੂ ਕਰਤੀਆਂ ਤੁਰਕਾਂ ਨੇ। ਬਹੁਤ ਬਰਸਾਈ ਅੰਦਰ ਗੋਰੀ। ਬੜੀਆਂ ਗੋਲੀਆਂ ਅੰਦਰ ਬਰਸਾਈਆਂ ਉਹਨਾਂ ਨੇ, ਮੀਂਹ ਪਾਤਾ ਗੋਲੀਆਂ ਦਾ। ਧੂੰਓ ਧਾਰਤਾ ਹੈ ਭਇਓ ਕਨੇਰੋ। ਉਸ ਖੱਡ 'ਚ ਬੜਾ ਧੂੰਆਂ ਹੋ ਗਿਆ। ਹੀਓ ਹੁੱਟਿਓ ਜਾਓ ਭਇਓ ਅੰਧੇਰੋ। ਅੰਦਰ ਸਿੰਘਾਂ ਨੂੰ ਸਾਹ ਲੈਣਾ ਔਖਾ ਹੋ ਗਿਆ। ਤਬ ਉਨ ਸਿੰਘਨ ਬੜ ਦੁੱਖ ਲਹਿਓ। ਬੜਾ ਤਕਲੀਫ ਦਾ ਹੁੰਦਾ, ਉੱਪਰ ਸਾਰੇ ਪਾਸੇ ਹਨੇਰਾ ਹੁੰਦਾ, ਫਿਰ ਉਹੀ ਰਸਤਾ ਹੁੰਦਾ ਹਵਾ ਆਉਣ ਦਾ, ਉਧਰੋਂ ਇਹਨੂੰ ਧੂੰਆਂ ਆ ਗਿਆ ਅੰਦਰ। ਧੂੰਆਂ ਰੋਕਣ ਯਤਨ ਉਨ ਕਯੋ। ਸਿੰਘਾਂ ਨੇ ਧੂੰਆਂ ਰੋਕਣ ਦੇ ਬੜੇ ਯਤਨ ਕੀਤੇ। ਉਤੇ ਲੀੜੇ ਜੋ ਉਨ ਕੇ ਪਾਹੇ। ਜੋ ਵਿਚਾਰਿਆਂ ਕੋਲ ਮਾੜੇ ਮੋਟੇ ਕੱਪੜੇ ਲੀੜੇ ਸੀਗੇ, ਦਸਤਾਰੇ ਸੀ ਜਾਂ ਕਛਹਿਰੇ ਸੀ ਜਾਂ ਮਾੜਾ ਮੋਟਾ ਕਮੀਜ਼ ਜਾਂ ਕੋਈ ਖੇਸ ਚਾਦਰ ਸੀ, ਲੈ ਖੱਡਣ ਮੁਖ ਰੋਕਿਓ ਵਾਹੇ। ਉਹਨਾਂ ਨੂੰ ਗਿੱਲੀਆਂ ਕਰਕੇ ਅਗਲੇ ਪਾਸੇ ਲਾਇਆ ਵੀ ਧੂੰਏ ਤੋਂ ਬਚਾ ਹੋਵੇ। ਫਿਰ ਤੁਰਕਣ ਕੇ ਯੋ ਚਿਤ ਆਈ। ਪਰ ਬਾਹਰ ਨੀ ਆਏ। ਜਦੋਂ ਬਾਹਰ ਨਹੀਂ ਆਏ ਤੇ ਫਿਰ ਤੁਰਕਾਂ ਨੇ ਸੋਚਿਆ, ਫੜ ਲੋਕਾਂ ਨੇ ਖੱਡ ਲਿਓ ਪੁਟਾਈ। ਪਿੰਡ ਦੇ ਬੰਦੇ ਬੁਲਾ ਲਏ ਨੇੜੇ ਪਿੰਡਾਂ ਦੇ ਵੀ, ਇਹ ਖੱਡ ਪੱਟ ਦਿਓ ਕਈਆਂ ਦੇ ਨਾਲ ਤੇ ਸਿੰਘਾਂ ਨੂੰ ਬਾਹਰ ਕੱਢੀਏ। ਕਰ ਸਲਾਹੇ ਇਮ ਫੌਜ ਚੜ ਧਾਈ। ਫੌਜ ਤੁਰਕਾਂ ਦੀ ਕਈਆਂ ਲੈ ਆਈ। ਆਏ ਲੋਕ ਕਰ ਕਹੀ ਫੜਾਈ। ਕਈਆਂ ਲੈ ਕੇ ਲੋਕ ਪੱਟਣ ਲੱਗ ਪਏ ਤੇ ਫੌਜ ਵਾਲੇ ਜਿਹੜੇ ਸੀ ਉਹ ਪਿੰਡ 'ਚ ਜਾ ਕੇ ਰੋਟੀਆਂ ਖਾਣ ਲੱਗ ਪਏ। ਆਏ ਲੋਕਾਂ ਨੇ ਇਮ ਕਰ ਚਤੁਰਾਈ। ਲੋਕਾਂ ਨੇ ਕਈ ਦੇ ਨਾਲ ਉਹਨਾਂ ਦਾ ਕਹਿਣਾ ਤਾਂ ਮੰਨਣਾ ਹੀ ਸੀ ਨਾ ਫੌਜ ਦਾ, ਉਹਨਾਂ ਨੇ ਪੱਟਣਾ ਸ਼ੁਰੂ ਕੀਤਾ। ਕਸੀਆਂ ਦੇ ਪੁੱਟਣ ਦੇ ਲਾਈ। ਉਹ ਕਈਆਂ ਲੈ ਕੇ ਪੱਟਣ ਲੱਗ ਪਏ ਲੋਕ। ਜਬ ਪੁੱਟੈ ਤਬ ਉਖੜ ਜਾਹੇ। ਉਹ ਜਦੋਂ ਪੁੱਟਦੇ ਸੀਗੇ ਤੇ ਉਖੜ ਜਾਂਦੇ ਸੀਗੇ। ਨਾਲੇ ਲੱਤ ਮੁੱਕੀ ਜੱਟ ਭੀ ਖਾਹੇ। ਤੇ ਨਾਲੇ ਉਹਨਾਂ ਨੂੰ ਲੱਤ ਮੁੱਕੀ ਵੀ ਪੈਂਦੀ ਸੀ। ਦੋਹਰਾ ਕਹੀ ਠੁਕਾਵਣ ਖਾਤਰ ਸਦਨ ਗਏ ਤਰਖਾਣ। ਉਹ ਕਈਆਂ ਜਿਹੜੀਆਂ ਨਾ ਉਹਨਾਂ ਦੀਆਂ ਟੁੱਟ ਗਈਆਂ, ਪਰਮੇਸ਼ਰ ਦੀ ਖੇਡ ਐਸੀ ਹੋਈ, ਕਈਆਂ ਦੀ ਜਿਹੜੇ ਚੂਲਾਂ ਉਖੜ ਗਈਆਂ। ਉਹ ਤਰਖਾਣਾ ਨੂੰ ਸੱਦਣ ਗਏ ਵੀ ਸਾਡੀਆਂ ਕਈਆਂ ਠੀਕ ਕਰ ਦਿਓ। ਤਾਉ ਲਓ ਰਾਤ ਸੋ ਢੁੱਕ ਪਈ ਫੌਜ ਚਾਹੇ ਡੇਰੇ ਜਾਣ। ਇਹਨਾਂ ਨੂੰ ਰਾਤ ਪੈ ਗਈ,
ਰਾਤ ਪੈ ਗਈ ਫੌਜੀ ਭੁੱਖੇ ਸਵੇਰ ਦੇ ਉਹ ਕਹਿੰਦੇ ਰੋਟੀ ਖਾਈਏ ਚੱਲ ਕੇ ਡੇਰੇ ਚ ਉਹ ਆਪਣੇ ਡੇਰੇ ਨੂੰ ਮੁੜ ਪਏ ਕਿਉ ਪਈ ਤਬ ਤੁਰਕਣ ਮਤ ਔਰੈ ਕਈ ਤੁਰਕਾਂ ਦੇ ਦਿਮਾਗ ਚ ਇਦਾਂ ਦੀ ਗੱਲ ਆ ਗਈ ਖੱਡ ਭਰ ਇਦਨ ਅੱਗ ਲਾਏ ਦਈ ਕਹਿੰਦੇ ਖੱਡ ਚ ਬਾਲਣ ਪਾ ਕੇ ਅੱਗ ਲਾ ਦਿਓ ਅੰਦਰ ਹੀ ਮਰ ਜਾਣ ਸੜ ਕੇ ਅਗਨ ਪਹੁੰਚ ਦਏ ਕੱਪੜੇ ਸਾੜੀ ਉਹ ਅੱਗ ਗਈ ਪਰ ਉਹਨਾਂ ਦੇ ਜਿਹੜੇ ਕੱਪੜੇ ਸੀ ਨਾ ਸੜ ਕੇ ਸਿੰਘਾਂ ਦੇ ਕਿਮ ਸਿੰਘਣ ਕੋ ਭਈ ਖਵਾਰੀ ਪਰੇਸ਼ਾਨੀ ਬਹੁਤ ਹੋਈ ਸਿੰਘਾਂ ਨੂੰ ਫਿਰ ਸਿੰਘਣ ਕੀ ਉਹ ਯਤਨ ਸੋ ਔਰ ਸਿੰਘਾਂ ਨੇ ਹੋਰ ਯਤਨ ਕੀਤਾ ਫਿਰ ਗਿੱਲੀ ਮਿੱਟੀ ਸੋ ਮੁੰਦੀ ਠੌਰ ਉਹਨਾਂ ਨੇ ਥੱਲਿਓ ਗਿੱਲੀ ਮਿੱਟੀ ਕੱਢ ਕੱਢ ਕੇ ਨਾ ਉਹਦੇ ਨਾਲ ਉਹ ਪਾਸਾ ਰੋਕਿਆ ਕੋ ਇਸ ਵਿਧ ਜਾਨ ਉਹਨੇ ਬਚ ਰਹੀ ਉਹ ਸਿੰਘਾਂ ਦੀ ਜਾਨ ਪਰਮੇਸ਼ਰ ਨੇ ਅਜੇ ਤੱਕ ਬਚਾਈ ਸਵੇਰ ਦੇ ਬੈਠੇ ਹਨ ਖੱਡ ਵਿੱਚ ਵੜੇ ਤੋ ਲਓ ਆਣ ਰਾਤ ਭੀ ਆ ਭਈ ਰਾਤ ਵੀ ਹੋ ਗਈ ਲੋਕਾਂ ਨੂੰ ਉਹਨੇ ਦਇਓ ਡਰਵਾਏ ਲੋਕਾਂ ਨੇ ਜਿਹੜੇ ਬਾਹਰ ਸੀਗੇ ਨਾ ਉਹਨਾਂ ਨੇ ਕੀ ਕੀਤਾ ਰਾਤ ਪਰੈ ਮਾਰੈ ਸਿੰਘ ਆਏ ਉਹ ਆਪਸੀ ਵਿੱਚ ਬੰਦੇ ਆਪਣੇ ਵੀ ਹੁੰਦੇ ਆ ਸਿੰਘਾਂ ਦੇ ਵਿੱਚ ਵੀ ਮਦਦ ਕਰਨ ਵਾਲੇ ਵੀ ਬੰਦੇ ਸੀਗੇ ਉਹਨਾਂ ਨੇ ਆਖਿਆ ਓਏ ਆਪਾਂ ਕਿਉਂ ਮਾਰੀਏ ਫੌਜ ਵਾਲੇ ਤੇ ਚਲੇ ਗਏ ਸਿੰਘ ਬਾਹਰ ਨਿਕਲ ਕੇ ਆਪਾਂ ਨੂੰ ਪੈ ਜਾਣਗੇ ਆਪਾਂ ਮਾਰੇ ਜਾਵਾਂਗੇ ਆਪਾਂ ਕਾਹਨੂੰ ਬਗਾਨੀ ਮੌਤ ਮਾਰੀਏ ਸਿੰਘ ਸਾਨੂੰ ਪੈਣਗੇ ਹੁਣ ਉਹਨਾਂ ਨੇ ਅੰਦਰੋਂ ਗੱਲ ਚਲਾ ਦਿੱਤੀ ਜਦੋਂ ਗੱਲ ਚਲਾਈ ਇੱਕ ਦੋ ਬੰਦਿਆਂ ਗੱਲ ਕੀਤੀ ਦੂਜੇ ਡਰ ਗਏ ਹਾਂਜੀ ਇੱਕ ਡਰ ਛਾੜ ਉਹਨੇ ਹੋਏ ਗਏ ਉਹ ਕਹਿੰਦੇ ਆਪਾਂ ਪਿਛਾਂ ਹੋ ਜਾਈਏ ਆਪਾਂ ਨਾ ਮਰੀਏ ਕਿਤੇ ਸਿੰਘ ਸਾਨੂੰ ਵੀ ਨਾ ਪੈ ਜਾਣ ਫੌਜ ਤਾਂ ਚਲੀ ਗਈ ਹੈ ਤੇ ਸਾਡੀ ਹੁਣ ਮਦਦ ਕਹਿੰਦੇ ਕਰਨੀ ਪਿੰਡਾਂ ਵਾਲਿਆਂ ਦੀ ਸਿੰਘਾਂ ਕੋਲ ਤਲਵਾਰਾਂ ਨੇ ਉਹ ਝੜ ਕੇ ਲੰਘ ਜਾਣਗੇ ਹਾਂਜੀ ਲੋਕ ਚੁਫੇਰਿਓ ਆਵਤ ਭਏ ਸੋ ਚੁਫੇਰਿਓ ਲੋਕ ਜਿਹੜੇ ਸੀਗੇ ਬੁਝਾਏ ਆਗ ਤੇ ਲਏ ਨਿਕਾਰ ਉਹਨਾਂ ਬੰਦਿਆਂ ਨੇ ਅੱਗ ਬੁਝਾ ਤੀ ਜਿਹੜੇ ਵਿੱਚੋਂ ਮਦਦਗਾਰ ਸੀ ਨਾ ਅੱਗ ਬੁਝਾ ਦਿੱਤੀ ਤੇ ਸਿੰਘਾਂ ਨੂੰ ਆਖਿਆ ਤੁਸੀਂ ਨਿਕਲ ਜਾਓ ਹੁਣ ਐਸ ਬੀਤੀ ਉਨ ਸਿੰਘਣ ਨਾਰ ਇਸ ਤਰ੍ਹਾਂ ਉਹਨਾਂ ਸਿੰਘਾਂ ਤੇ ਬੀਤੀ ਖਾਲਸਾ ਜੀ ਜਿਨ ਸਿਰ ਬੀਤੀ ਤਿੰਨ ਸੋ ਹਮ ਸੁਣੀ ਜਿਨ੍ਹਾਂ ਦੇ ਬੀਤੀ ਹੈ ਨਾ ਉਹਨਾਂ ਨੇ ਆਪ ਭਾਈ ਰਤਨ ਸਿੰਘ ਕਹਿੰਦੇ ਮੈਨੂੰ ਆਪ ਸੁਣਾਈ ਹੈ ਬਜ਼ੁਰਗਾਂ ਨੇ ਉਹ ਬੁੱਢੇ ਜਿਉਂਦੇ ਆ ਸੋਭਾ ਲੱਦਾ ਸਿੰਘ ਹੋਰੀ ਸੁਲੱਖਣ ਸਿੰਘ ਹੋਰੀ ਰਾਮ ਸਿੰਘ ਹੋਰੀ ਤਿੰਨੇ ਸਿੰਘ ਉਹਨਾਂ ਦੇ ਇੱਕ ਅੱਧਾ ਸਿੰਘ ਜਿਉਂਦਾ ਸੀ ਜਿਹਨੇ ਰਤਨ ਸਿੰਘ ਨੂੰ ਬਚਪਨ 'ਚ ਸੁਣਾਈ ਹੋਣੀ ਗੱਲ ਕਹਿੰਦੇ ਜਿਨ੍ਹਾਂ ਦੇ ਉਹ ਦਿਨ ਬੀਤਿਆ ਸੀ ਜਿਹੜੇ ਉਹ ਖੱਡ ਵਿੱਚ ਸਾਰਾ ਦਿਨ ਤੁਰਕਾਂ ਨਾਲ ਲੜਦੇ ਰਹੇ ਰਾਤ ਨੂੰ ਉਹਨਾਂ ਨੂੰ ਮਹਾਰਾਜ ਨੇ ਮੌਕਾ ਦਿੱਤਾ ਪਿੰਡਾਂ ਵਾਲੇ ਨੂੰ ਕੱਢ ਦਿੱਤਾ ਉਹ ਨਿਕਲ ਕੇ ਖੱਡ 'ਚੋਂ ਬਚ ਗਏ ਉਹਨਾਂ ਦੀ ਸੁਣਾਈ ਹੋਈ ਗੱਲ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਲਿਖ ਕੇ ਸੁਣਾ ਰਿਹਾ ਹਾਂਜੀ ਰਤਨ ਸਿੰਘ ਸੋ ਲਿਖ ਦਈ ਗੁਣੀ ਰਤਨ ਸਿੰਘ ਨੇ ਕਥਾ ਲਿਖ ਦਿੱਤੀ ਹੈ ਦੋਹਰਾ ਐਸੋ ਐਸੋ ਦੁੱਖ ਸਹੇ ਤਾਂ ਛੱਡੇ ਸੋ ਦਾਈਏ ਨਾਹੀਂ ਇਹੋ ਜਿਹੇ ਬੜੇ ਦੁੱਖ ਸੀਗੇ ਇਹ ਤਾਂ ਇੱਕ ਥੋੜ੍ਹੀ ਜਿਹੇ ਨਮੂਨੇ ਹਨ ਬਹੁਤੀਆਂ ਗੱਲਾਂ ਐਸੀਆਂ ਜਿਹੜੀਆਂ ਪੰਥ ਪ੍ਰਕਾਸ਼ ਵਿੱਚ ਨਹੀਂ ਲਿਖੀਆਂ ਹੋਰ ਕਈ ਕਿਤਾਬਾਂ 'ਚੋਂ ਮਿਲਦੀਆਂ ਪੂਰਾ ਇਤਿਹਾਸ ਤਾਂ ਬੜਾ ਖਿੰਦਰਿਆ ਹੋਇਆ ਸੀ ਨਾ ਕੋਈ ਕਿਸੇ ਪਿੰਡ ਸੀ ਕੋਈ ਕਿਸੇ ਸ਼ਹਿਰ ਸੀ ਕੋਈ ਕਿਸੇ ਜ਼ਿਲ੍ਹੇ ਸੀਗਾ ਅਤੇ ਉਸ ਵੇਲੇ ਲਿਖਣ ਦੇ ਸਾਧਨ ਵੀ ਨਹੀਂ ਸਨ ਪੁਰਾਣੇ ਸਿੰਘ ਜਵਾਨੀ ਇੱਕ ਦੂਜੀ ਨੂੰ ਦੱਸਦੇ ਹੁੰਦੇ ਸੀਗੇ ਚੱਲਦੀਆਂ ਹੁੰਦੀਆਂ ਗੱਲਾਂ ਸੋ ਕਹਿੰਦੇ ਇਹੋ ਜਿਹੇ ਬੜੇ ਹੀ ਪ੍ਰਸੰਗ ਸੀਗੇ ਜਿਹੜੇ ਲਿਖੇ ਨਹੀਂ ਜਾ ਸਕੇ ਖੱਤਰੀ ਤਰਖਾਨ ਕਲਾਲ ਜੱਟ ਮਿਲੀ ਪਾਤਸ਼ਾਹੀ ਤਾਹੇ ਇਹ ਜਿਹੜੀਆਂ ਜਾਤਾਂ ਨੀਵੀਆਂ ਸਮਝੀਆਂ ਜਾਂਦੀਆਂ ਸਨ ਗਰੀਬ ਜਾਤਾਂ ਸਮਝੀਆਂ ਜਾਂਦੀਆਂ ਖੱਤਰੀ ਜੱਟ ਕਲਾਲ ਬਾਣੀਏ ਛੀਂਬੇ ਨਾਈ ਝੀਵਰ ਤਰਖਾਣ ਇਹਨਾਂ ਨੀਵੀਆਂ ਜਾਤਾਂ ਨੂੰ ਕਲਗੀ ਧਰ ਨੇ ਕਿਹਾ ਸੀ ਇਹਨੇ ਗਰੀਬ ਸਿੱਖਣ ਕੋ ਤੈਹੋ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਅਤੇ ਇਹ ਵਡਿਆਈ ਫਿਰ ਕਲਗੀ ਧਰ ਪਾਤਸ਼ਾਹ ਨੇ ਦੇਣੀ ਸੀ ਪਰ ਇਹ ਵਡਿਆਈ ਲੈਣ ਵਾਸਤੇ ਖੱਡਾਂ ਵਿੱਚ ਰਹਿਣਾ ਪਿਆ ਭੁੱਖੇ ਦਿਨ ਕੱਟਣੇ ਪਏ ਬੜੇ ਬੜੇ ਤਸੀਹੇ ਝੱਲਣੇ ਪਏ ਚਰੱਖੜੀਆਂ 'ਤੇ ਚੜ੍ਹਨਾ ਪਿਆ ਬੰਦ ਬੰਦ ਕਟਾਉਣੇ ਪਏ ਵੱਡੇ ਵੱਡੇ ਜੰਗ ਯੁੱਧ ਕਰਨੇ ਪਏ ਤਾਂ ਇਹਨਾਂ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਖਾਲਸਾ ਰਾਜ ਕਾਇਮ ਹੋਇਆ ਸੋ ਇਹ ਕਥਾ ਹੁਣ ਆਪਾਂ ਅਗਲੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।